ਤਕਨੀਕੀ ਪੱਖ ਨੇ ਇੱਕ ਦੋ ਜੀ ਜਨਰਲ ਟਾਇਰ ਤੇ ਮਾਈਕ੍ਰੋ ਟਾਇਰ ਕਿੰਨੇ ਚ ਫਰਕ ਹੈ ਹੁਣ ਉਹਨਾਂ ਨੇ ਕਿਹਾ ਕਿ ਜਿੰਨੇ ਵੀ ਪੰਜਾਬ ਦੇ ਪਲੇਅਰ ਨੇ ਜੀ ਜਿਉ ਸੋਨੇ ਦਾ ਮੈਡਲ ਲੈ ਹੁਣ ਮਾਣ ਹੌਸਲਾ ਵਧਾਉਣਾ ਚਾਹੀਦਾ ਹੈ 스포츠 ਇੱਕ ਭਗਤੀ ਹੈ ਜੀ ਤੇ ਬਹੁਤ ਵੱਡੀ ਸਾਧਨਾ ਹੈ ਜਿਸ ਦੇ ਵਿੱਚ ਉਹਦੀ ਗੁਜ਼ਰ ਕੇ ਬੰਦਾ ਇਸ ਮਕਾਮ ਤੇ ਪਹੁੰਚਦਾ ਹੈ ਜੀ ਇਸ ਤਰ੍ਹਾਂ 골ਡ ਮੈਡਲ ਆਉਂਦੇ ਨੇ ਕਿ ਉਧਰੋਂ ਤੋਂ 올림픽 ਜਿਹੜੀਆਂ ਨੇ ਅਧੀਆਂ ਖਤਮ ਹੋ ਰਹੀਆਂ ਨੇ ਜੀ ਕੁਆਟਰਫਾਈਨਲ ਦੇ ਵਿੱਚ ਭਾਰਤ ਦੀ ਟੀਮ ਪਹੁੰਚ ਚੁੱਕੀ ਹੈ ਅੱਜ ਤੁਸੀਂ ਇਨਾਮ ਦਾ ਐਲਾਨ ਕਰ ਰਹੇ ਦੁਨੀਆ ਚੋਂ 3 4 5 6 ਨੰਬਰ ਤੇ ਵੀ ਆਉਣਾ ਬਹੁਤ ਮਾਰ ਕੇ ਵਾਲੀ ਗੱਲ ਹੈ ਤੇ ਜੇ ਕਿਸੇ ਖਿਡਾਰੀ ਨਾਲ ਗੱਲ ਕਰ ਲਈਏ ਉਹਨਾਂ ਦਾ ਇਹ ਕਹਿਣਾ ਹੈ ਕਿ 올림픽 ਦੇ ਵਿੱਚ ਰਿਪਰੈਜ਼ੈਂਟ ਕਰਨਾ ਹੀ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਪ੍ਰਾਪਤੀ ਹੈ ਨਸ਼ਿਆਂ ਦੇ ਖਿਲਾਫ ਜਿਹੜੀ ਆਵਾਜ਼ ਉਠਾਈ ਜਾ ਰਹੀ ਹੈ ਨਸ਼ਿਆਂ ਦੇ ਖਿਲਾਫ ਜਦੋਂ ਜ਼ਾਇਦ ਹੋ ਰਹੀ ਹੈ ਘਰਾਂ ਦੇ ਘਰ ਖਾਲੀ ਹੋ ਗਏ ਨੇ ਸਾਡੇ ਨੌਜਵਾਨ ਵਿਦੇਸ਼ਾਂ ਨੂੰ ਜਾਣ ਲਈ ਮਜਬੂਰ ਨੇ ਸੈਂਕੜੇ ਲੋਕ ਸਾਡੇ ਸੜਕਾਂ ਤੇ ਬੈਠੇ ਨੇ ਅੰਦੋਲਨ ਕਰ ਰਹੇ ਨੇ ਤੇ ਸਾਰੇ ਮੁੱਦੇ ਪੰਜਾਬ ਸਾਹਮਣੇ ਮੂੰਹ ਚੁੱਕ ਕੇ ਖੋਲੋਦੇ ਨੇ ਸਾਰੀਆਂ ਵਿਰੋਧੀ ਧਿਰਾਂ ਇੱਕੋ ਗੱਲ ਕਰ ਰਹੀਆਂ ਨੇ ਕਿ ਸਾਡੇ ਸਵਾਲਾਂ ਦੇ ਜਵਾਬ ਦਿਓ ਜੀ ਸਵਾਲਾਂ ਦੇ ਜਵਾਬ ਦੇਣ ਤੋਂ ਕੇਂਦਰ ਸਰਕਾਰ ਮੁਨਕਰ ਹੈ ਸਰਕਾਰ ਨੇ ਰਿਕਾਰਡ ਸਵੇ ਦੇ ਵਿੱਚ ਕੁਝ ਘੰਟਿਆਂ 'ਚ ਹੀ ਆਪਣੇ 4-5 ਬਿੱਲ ਪਾਸ ਕੀਤੇ ਨੇ ਤੇ ਲੋਕਤੰਤਰ ਦਾ ਕਾਣ ਇਹ ਲੋਕ ਕਰ ਰਹੇ ਨੇ ਉਰੇ ਤੋਂ ਅਡੇ ਹਰ ਵੇਲੇ ਜੇਬ ਦੇ ਵਿੱਚ ਹੈ ਕਈ ਸਜਣਾ ਦੇ ਤੇ ਵਾਸ਼ਰੂਮ ਦੇ ਵਿੱਚ ਵੀ ਜਾਂਦਾ ਹੋਇਆ ਨਾਲ ਪਰ ਹੁਣ ਉਸ ਕੰਪਨੀ ਨੇ ਇੱਕ ਸੋਸ਼ਾ ਛੱਡ ਦਿੱਤਾ ਕਿ ਅਸੀਂ ਹੁਣ ਇਸ ਸੌਫਟਵੇਅਰ ਦੀ ਵਰਤੋਂ ਜਿਹੜੀ ਹੈ ਕੋਸ਼ ਸਰਕਾਰੀ ਏਜੰਸੀਆਂ ਦੇ ਕੰਮ ਤੇ ਰੋਕ ਲਾ ਦਿੱਤੀ ਹੈ ਪਰ ਹੁਣ ਤਾਜ਼ਾ ਤਾਜ਼ਾ ਖਬਰ ਇਹ ਵੀ ਆਈ ਹੈ ਆਪਣੇ ਬਿੱਲ ਉਹਨਾਂ ਦੇ ਪਾਸ ਕੋਚ ਨਿਆ ਮੰਤਰੀ ਜਿਹੜੇ ਨੇ ਸਦਨ ਦੇ ਵਿੱਚ ਇਹ ਗੱਲ ਆਖੀ ਹੈ ਕਿ ਪਿਛਲੇ 5 ਸਾਲਾਂ ਦੇ ਵਿੱਚ ਕਿਸੇ ਸੀਵਰੇਜ ਦੇ ਸਫਾਈ ਕਰਮਚਾਰੀ ਦੀ ਮੌਤ ਨਹੀਂ ਹੋਈ ਪਰ ਸਾਡੇ ਅੰਕੜੇ ਦੱਸਦੇ ਨੇ ਕਿ 472ਾਂ ਦੀ ਮੌਤ ਹੋਈ। ਇਹ ਪੰਜ-ਛੇ ਗਾਰਡ ਰੱਖੇ ਹੋਣ। ਇੱਕ ਗੱਡੀ ਅੱਗੇ ਚਲਦੀ ਹੋਵੇ, ਸਾਹਦੇ ਤੇ ਇੱਕ ਚਲਦੀ ਹੋਵੇ ਪਿੱਛੇ ਤੇ ਫਿਰ ਦੇਖਦੇ ਕੌਣ ਮਾਈ ਦਾ ਲਾਲ ਹੱਥ ਪਾਉਂਦਾ। ਹੁਣ ਯਾਦ ਕਰੋ ਉਸ ਜੱਜ ਨੂੰ ਜਿਸਨੇ ਸੱਚੇ ਸੌਦੇ ਵਾਲੇ ਸੌਦਾ ਸਾਧ ਨੂੰ ਸਜ਼ਾ ਸੁਣਾਈ। ਸਮੰਤ ਵਿਸ਼ਵਾਸ਼ ਸ਼ਰਮਾ ਜਿਹੜੇ ਅਸਾਮ ਦੇ ਮੁੱਖ ਮੰਤਰੀ ਨੇ। ਉਹਨਾਂ ਨੇ ਇੱਕ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ। ਉੱਥੇ ਨਾ ਜਾਣ ਦੀ ਸਲਾਹ ਜੜੀਆਂ ਦਿੱਤੀ ਗਈ। ਮਿਜ਼ੋਰਮ ਦੇ ਵਿੱਚ ਲੋਕ ਏਕੇ 47 ਰਾਈਫਲਾਂ ਤੇ ਸナイਪਰ ਬੰਦੂਕਾਂ ਦੇ ਨਾਲ ਘੁੰਮ ਰਹੇ ਨੇ। ਤਾਂ ਤਉਨੂੰ ਕਿਸੇ ਵੀ ਵੇਲੇ ਵੀ ਨਿਸ਼ਾਨਾ ਬਣਾਇਆ ਜਾ ਸਕਦਾ ਤਾਂ ਉਹ ਬੰਗਾਲ ਦੇ ਵਿੱਚ ਹੋ ਰਹੀ ਹਿੰਸਾ ਨਜ਼ਰ ਆਉਂਦੀ ਹੈ ਜੀ ਦਿੱਲੀ ਦੇ ਕਿਸਾਨ ਅਤਵਾਦੀ ਨਜ਼ਰ ਆਉਂਦੇ ਨੇ ਤੇ ਇੱਕ ਮਸਲੇ ਦਾ ਹੱਲ ਕਿਉਂ ਨਹੀਂ ਕੀਤਾ ਜਾ ਸਕਦਾ ਪੰਜਾਬੀ ਨੈਸ਼ਨਲ ਟੀਵੀ ਦੇ ਵਿਚਾਰ ਚਰਚਾ ਪ੍ਰੋਗਰਾਮ 'ਚ ਆਪ ਸਭ ਦਰਸ਼ਕਾਂ ਨੂੰ ਜੀ ਆਇਆਂ ਆਖਦੇ ਆਂ। ਅੱਜ ਦੇ ਪ੍ਰੋਗਰਾਮ ਜਿਹੜੇ ਮੁੱਦੇ ਵਿਚਾਰਨੇ ਨੇ ਉਹਨਾਂ ਦੇ ਵਿੱਚੋਂ ਕੁਝ ਖਾਸ ਦਾ ਜ਼ਿਕਰ ਕਰਾਂ। ਤੋਂ ਟੋਕੀਓ 올림픽 ਵਿੱਚ ਹਾਕੀ ਖਿਡਾਰੀਆਂ ਦਾ ਚੰਗਾ ਪ੍ਰਦਰਸ਼ਨ ਤੇ ਇਸ ਤੇ ਪੰਜਾਬ ਦੇ ਖੇਡ ਮੰਤਰੀ ਨੇ ਕਿਹੜਾ ਐਲਾਨ ਕੀਤਾ ਹੈ। ਤੇ ਪੰਜਾਬ ਵਿਧਾਨ ਸਭਾ ਵੱਲੋਂ ਤੋਂ ਖੇਤੀ ਕਾਨੂੰਨ ਰੱਦ ਕੀਤੇਆਂ ਨੂੰ ਕਾਫੀ ਸਮਾਂ ਹੋ ਗਿਆ। ਪਰ ਹੁਣ ਦਿੱਲੀ ਵਿਧਾਨ ਸਭਾ ਵੱਲੋਂ ਖੇਤੀ ਕਾਨੂੰਨ ਰੱਦ ਕੀਤੇ ਜਾਣ ਦਾ ਕੀ ਹੈ ਮਤਲਬ? ਜੱਜ ਦੀ ਹੱਤਿਆ ਦੇ ਮਾਮਲੇ 'ਚ ਕੀ ਕੀ ਖੁਲਾਸੇ ਹੋ ਰਹੇ ਨੇ? ਬੈਕਸ ਇਸ ਦਾ ਰੋਲਾ ਥੰਮਣ ਦਾ ਨਾ ਕਿਉਂ ਨਹੀਂ ਲੈ ਰਿਹਾ ਇਸ ਤੋਂ ਇਲਾਵਾ ਕੁਝ ਹੋਰ ਮੁੱਦੇ ਵਿਚਾਰਾਂਗੇ ਆਪਣੇ ਮਾਹਿਰ ਮਹਿਮਾਨ ਦੇ ਨਾਲ ਤੇ ਸਾਡੇ ਨਾਲ ਸਟੂਡੀਓ ਚ ਮੌਜੂਦ ਨੇ ਕੁਲਦੀਪ ਸਿੰਘ ਹੀਰ ਜੀ ਹੀਰ ਜੀ ਸਭ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਦੇ ਬ੍ਰੂਕ ਸਤਿ ਸ੍ਰੀ ਅਕਾਲ ਜੀ ਕੁਲਦੀਪ ਜੀ ਅੱਜ ਦੇ ਮੁੱਦਿਆਂ ਤੇ ਚਰਚਾ ਕਰਨ ਤੋਂ ਪਹਿਲਾਂ ਅੱਜ ਦੇ ਦਿਨ ਦੀ ਗੱਲ ਕਰੀਏ ਤੇ ਅੱਜ ਦੇ ਦਿਨ ਸ਼ਹੀਦ ਉਦਮ ਸਿੰਘ ਦਾ ਸ਼ਹੀਦੀ ਦਿਹਾੜਾ ਪਾ ਕਹਿ ਦਿੰਨੇ ਆ ਕਿਉਂਕਿ ਉਹ ਦੇਸ਼ ਦੀ ਆਜ਼ਾਦੀ ਦੇ ਲਈ ਕੁਰਬਾਨੀ ਦਿੱਤੀ ਉਹਨਾਂ ਨੇ ਕੀ ਆਖੋਗੇ ਅੱਜ ਦੇ ਇਸ ਖਾਸ ਦਿਨ ਬਾਰੇ ਸ਼ਹੀਦ ਉਦਮ ਸਿੰਘ ਨੇ ਮਾਈਕਲ ਓਡਾਇਰ ਨੂੰ ਮਾਰਿਆ ਜੀ ਲੰਡਨ ਦੇ ਵੈਕਸਟਨ ਹਾਲ ਦੇ ਵਿੱਚ ਜਦੋਂ ਇੱਕ ਐਸੋਸੀਏਸ਼ਨ ਨੂੰ ਸੰਬੋਧਨ ਕਰ ਰਿਹਾ ਸੀ ਉਹ ਤੇ ਉਸਤੇ ਗੋਲੀਆਂ ਚਲਾਈਆਂ ਇੱਕ ਦੋ ਹੋਰਨਾਂ ਨੂੰ ਵੀ ਲੱਗੀਆਂ ਜੀ ਮੌਕੇ ਤੋਂ ਭੱਜਿਆ ਨਹੀਂ ਸੀ ਊਧੋਤਮ ਸਿੰਘ ਕੇਸ ਚੱਲਿਆ ਬਹੁਤ ਥੋੜਾ ਸਮਾਂ ਕੇਸ ਚੱਲਿਆ ਤੇ ਛੇਤੀ ਹੀ ਉਸਨੂੰ ਸਜ਼ਾ ਸੁਣਾ ਕੇ ਪੈਂਟਨਵਿਲ ਜੇਲ੍ਹ ਦੇ ਵਿੱਚ ਫਾਂਸੀ ਦੇ ਦਿੱਤੀ ਗਈ ਜੀ ਬਾਅਦ ਵਿੱਚ ਉਸਦੇ ਦਫਨਾਏ ਹੋਏ ਸਰੀਰ ਨੂੰ ਕੱਢ ਕੇ ਉਸ ਦੀਆਂ ਆਸਤੀਆਂ ਨੂੰ ਭਾਰਤ ਲਿਆਂਦਾ ਗਿਆ ਸੀ ਜੀ ਇਹ ਪੁਰਾਣੀ ਗੱਲ ਹੈ ਸ਼ਹੀਦ ਉਦਮ ਸਿੰਘ ਦਾ ਇਤਿਹਾਸ ਸਾਰਿਆਂ ਨੂੰ ਪਤਾ ਹੈ ਜੀ ਪਰ ਦਿੱਕਤ ਉਹ ਗਲੇਰ ਗੱਲਾਂ ਨੇ ਇੱਕ ਤੇ ਉਹਨਾਂ ਦੀ ਸ਼ਹਾਦਤ ਨੂੰ ਸਲਾਮ ਹੈ ਸਜਦਾ ਕਰਦੇ ਆਂ ਸੀ ਅੱਜ ਦੇ ਦਿਨ ਯਾਦ ਕਰਦੇ ਆਂ ਉਹਨਾਂ ਨੂੰ ਜੀ ਕਿਹੋ ਜਿਹੀ ਚੀਜ਼ ਸੋਚਦੇ ਮਾਲਕੋ ਯੋਧੇ ਹੋਣਗੇ ਜਿਸ ਜਿਸ ਨੇ ਇਸ ਤਰ੍ਹਾਂ ਦੀ ਸੋਚ ਰੱਖੀ ਔਰ ਅੱਖੀਂ ਦੇਖੇ ਹੋਏ ਇੱਕ ਘਣਾਉਣੇ ਕਾਰੇ ਨੂੰ ਉਹਨਾਂ ਨੇ ਉਸ ਦਾ ਬਦਲਾ ਲੈਣ ਦਾ ठान ਲਿਆ ਜੀ ਤੇ ਉਹ ਕਿੰਨੇ 19-20 ਸਾਲਾਂ ਦੇ ਬਾਅਦ ਉੱਥੇ ਪਹੁੰਚ ਕੇ ਕਈ ਪਾਸਿਆਂ ਤੋਂ ਦੀ ਹੁੰਦੇ ਹੋਏ ਉਸ ਨੇ ਜਾ ਕੇ ਆਪਣਾ ਬਦਲਾ ਲਿਆ ਜੀ ਇੱਕ ਤੋਂ ਗੱਲਾਂ ਜਿਹੜੀਆਂ ਕਰਨੀਆਂ ਨੇ ਉਹ ਇਹ ਨੇ ਤਕਨੀਕੀ ਪੱਖ ਨੇ ਇੱਕਦੋ ਜੀ ਆਮ ਤੌਰ ਤੇ ਸਾਡੇ ਪੰਜਾਬੀ ਭਰਾ ਕਨਫਿਊਜ਼ ਹੋ ਜਾਂਦੇ ਨੇ ਖਾਸ ਕਰਕੇ ਨਵੀਂ ਪੀੜ੍ਹੀ ਜਿਹੜੀ ਹੈ ਜੀ ਜਨਰਲ ਡਾਇਰ ਤੇ ਮਾਈਕਲੋ ਡਾਇਰ ਇਹਨਾਂ 'ਚ ਫਰਕ ਹੈ ਜੀ ਮਾਈਕਲੋ ਡਾਇਰ ਜਿਹੜਾ ਸੀ ਕਮਿਸ਼ਨਰ ਸੀ ਜੀ ਜਨਰਲ ਡਾਇਰ ਜਿਸ ਦਾ ਪੂਰਾ ਨਾਂ ਰੈਜੀਨਲ ਡਾਇਰ ਸੀ ਜੀ ਉਹ ਪੁਲਿਸ ਅਫਸਰ ਸੀ ਜੀ ਮਾਈਕਲੋ ਡਾਇਰ ਦਾ ਆਰਡਰ ਸੀ ਤੇ ਗੋਲੀਆਂ ਚ ਚਲਵਾਉਣ ਵਾਲਾ ਜਨਰਲ ਰੈਜੀਨਲ ਡਾਇਰ ਸੀ ਜੀ ਜਿਸ ਨੇ ਜਾ ਕੇ ਉੱਥੇ ਅੰਦਰ ਜਾ ਕੇ ਆਪਣੇ ਸਪਾਹੀਆਂ ਨੂੰ ਲਿਜਾ ਕੇ ਤੇ ਜਿੰਨੀ ਦੇਰ ਤੱਕ ਅਸਲਾ ਖਤਮ ਨਹੀਂ ਹੋ ਗਿਆ ਗੋਲੀਆਂ વરસਾਈਆਂ ਤੇ ਰਸਤੇ ਵੀ ਬਾਹਰ ਨਿਕਲਣ ਤੇ ਬੰਦ ਕਰ ਦਿੱਤੇ ਜੀ ਜਨਰਲ ਡਾਇਰ ਇੱਕ ਅਮੀਰ ਕਾਰੋਬਾਰੀ ਪਰਿਵਾਰ ਨਾਲ ਸੰਬੰਧਿਤ ਵਿਅਕਤੀ ਸੀ ਜਿਸ ਦੀ ਉਹ ਡਾਇਰ ਦੀ ਮੌਤ ਹੋ ਉਹਦੇ ਕਤਲ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਚੁੱਕੀ ਸੀ ਜੀ ਜਨਰਲ ਡਾਇਰ ਦੇ ਨਾਂ ਤੇ ਡਾਇਰ ਐਂਡ ਮਿਕਨ ਇੱਕ ਡਿਸਟਿਲਰੀ ਜਿਹੜੀ ਹੈ ਸ਼ਰਾਬ ਦੀ ਫੈਕਟਰੀਆਂ ਪੰਜਾਬ ਵਿੱਚ ਇੱਕ ਦੋ ਜਗ੍ਹਾ ਲੱਗੀਆਂ ਸੀ ਜਿਸ ਵਿੱਚ ਜਿਸ ਦਾ ਇੱਕ ਹਿੱਸਾ ਪਾਕਿਸਤਾਨ ਵਿੱਚ ਰਹਿ ਗਿਆ ਜੀ ਮਰੀ ਦੇ ਵਿੱਚ ਜੀ ਦੂਸਰਾ ਸ਼ਿਮਲਾ ਜਾਂ ਸੋਲਨ ਜੀ ਇਹ ਫਿਰ ਜਦੋਂ ਆਜ਼ਾਦੀ ਤੋਂ ਬਾਅਦ ਜਦੋਂ ਇਸ ਨੂੰ ਸਾਡੇ ਲੀਡਰਾਂ ਨੇ ਆਗੂਆਂ ਨੇ ਦੇਖਿਆ ਕਿ ਡਾਇਰ ਦਾ ਨਾਮ ਅਜੇ ਵੀ ਫੈਕਟਰੀਆਂ ਤੇ ਲਿਖਿਆ ਹੋਇਆ ਚੱਲ ਰਿਹਾ ਜੀ ਫਿਰ ਉਸ ਨੂੰ ਹਟਾਇਆ ਗਿਆ ਮੋਨ ਐਡਮਿਕਨ ਕੀਤਾ ਗਿਆ ਜੀ ਇਹ ਤਕਨੀਕੀ ਪੱਖ ਨੇ ਮੈਂ ਇਸ ਕਰਕੇ ਸਾਂਝੇ ਕੀਤੇ ਨੇ ਅੱਜ ਦੇ ਦਿਨ ਦੇ ਵਿੱਚ ਤਾਂ ਕਿ ਘਟੋ-ਘਟੇ ਸਾਡੇ ਨੌਜਵਾਨਾਂ ਨੂੰ ਇਹ ਪਤਾ ਲੱਗ ਸਕੇ ਜੀ ਕਿ ਜਨਰਲ ਡਾਇਰ ਤੇ ਮਾਈਕਲੋ ਡਾਇਰ ਦੇ ਵਿੱਚ ਕੀ ਅੰਤਰ ਹੈ ਜੀ ਹੁਣ ਗੱਲ ਕਰਦੇ ਆ ਅੱਗੇ ਕਿ ਸ਼ਹੀਦ ਉਦਮ ਸਿੰਘ ਦੀ ਜਿਹੜੀ ਜਿਹੜੀ ਉਹਨਾਂ ਦੀ ਇੱਕ ਸ਼ਹਾਦਤ ਹੈ ਜੀ ਉਸ ਤੋਂ ਬਹੁਤ ਸਾਰੀਆਂ ਗੱਲਾਂ ਸਿੱਖਣ ਨੂੰ ਮਿਲਦੀਆਂ ਨੇ ਜੀ ਮੈਂ ਹੁਜੇ ਕਈ ਫੈਮਿਲੀਜ਼ ਨੂੰ ਜਾਣਦਾ ਜਿਨ੍ਹਾਂ ਦੇ ਬਜ਼ੁਰਗ ਸ਼ਹੀਦ ਉਦਮ ਸਿੰਘ ਨੂੰ ਉਸ ਵੇਲੇ ਇੰਗਲੈਂਡ ਦੇ ਵਿੱਚ ਉਹਨਾਂ ਨੂੰ ਮਿਲੇ ਸਨ ਜੀ ਕੌਰ ਉਹਨਾਂ ਦੀਆਂ ਗੱਲਾਂ ਸੁਣਾਉਂਦੇ ਨੇ ਕਿ ਕਿਸ ਤਰ੍ਹਾਂ ਦਾ ਜਜ਼ਬਾ ਔਰ ਕਿਸ ਤਰ੍ਹਾਂ ਦਾ ਬਰੀਕ ਦਿਮਾਗ ਵਾਲਾ ਵਿਅਕਤੀ ਸੀ ਯਤੀਮ ਖਾਨੇ ਖਾਲਸਾ ਯਤੀਮ ਖਾਨੇ ਦੇ ਵਿੱਚ ਉਹ ਰਹਿੰਦਾ ਸੀ ਜੀ ਔਰ ਜਿਸ ਤਰ੍ਹਾਂ ਦੀ ਕਹਾਣੀ ਔਰ ਉਸਨੇ ਕਾੜੀ ਹੈ ਔਰ ਇਹਦੀ ਦੁਨੀਆ ਤੱਕ ਯਾਦ ਰੱਖਿਆ ਜਾਏਗਾ ਇੰਗਲੈਂਡ ਦੇ ਵਿੱਚ ਜਿਸ ਮੁਲਕ ਦੇ ਵਿੱਚ ਉਸਨੂੰ ਕਾਨੂੰਨੀ ਮੁਜਰਮ ਸਮਝ ਕੇ ਫਾਂਸੀ ਦਿੱਤੀ ਗਈ ਹੋਵੇ ਜੀ ਉੱਥੇ ਉਸ ਦੇ ਨਾਂ ਤੇ ਅੱਜ ਕਬੱਡੀ ਦੇ ਟੂਰਨਾਮੈਂਟ ਹੁੰਦੇ ਨੇ ਤੇ ਉੱਥੇ ਦੇ ਮੰਤਰੀ ਤੇ ਮੈਂਬਰ ਪਾਰਲੀਮੈਂਟ ਜਿਹੜੇ ਨੇ ਉੱਥੇ ਇਨਾਮ ਵੰਡ ਸਮਾਰੋਹ ਦੇ ਵਿੱਚ ਆਉਂਦੇ ਨੇ ਜੀ ਸੋ ਇਹੋ ਜੀ ਕਹਣਾ ਸੀ ਉਹਨਾਂ ਦੀ ਸ਼ਹਾਦਤ ਨੂੰ ਸਲਾਮ ਹੈ ਜੀ ਬਿਲਕੁਲ ਤੇ ਹੁਣ ਅੱਜ ਦੇ ਮੁੱਦਿਆਂ ਦੀ ਗੱਲ ਕਰੀਏ ਤੇ ਸ਼ੁਰੂਆਤ ਜਿਹੜੀ ਹੈ ਟੋਕੀਓ 올림픽 ਤੋਂ ਕਰਦੇ ਹਾਂ ਭਾਰਤੀ ਹਾਕੀ ਟੀਮ ਦਾ ਪ੍ਰਦਰਸ਼ਨ ਹੁਣ ਤੱਕ ਬਹੁਤ ਚੰਗਾ ਰਿਹਾ ਹੈ ਤੇ ਇਹ ਤੋਂ ਖੁਸ਼ ਹੋ ਕੇ ਪੰਜਾਬ ਦੇ ਖੇਡ ਮੰਤਰੀ ਨੇ 2.2 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਹੈ ਇਹ ਐਲਾਨ ਹਾਰੀ ਖਿਡਾਰੀ ਨੂੰ ਸਵਾ 2 ਕਰੋੜ ਮਿਲਣਗੇ ਕਿ ਪੂਰੀ ਟੀਮ ਨੂੰ ਮਤਲਬ ਜਿੰਨੇ ਮੈਂਬਰ ਨੇ ਰਣਾ ਗੁਰਮੀਤ ਸਿੰਘ ਸੋਢੀ ਨੇ ਖੇਡ ਮੰਤਰੀ ਨੇ ਤੇ ਯੋਗਕ ਮਾਮਲਿਆਂ ਬਾਰੇ ਮੰਤਰੀ ਨੇ ਜੀ ਉਹਨਾਂ ਨੇ ਐਲਾਨ ਕੀਤਾ ਕਿ ਪਹਿਲਾਂ ਇਹ ਰਾਸ਼ੀ ਜਿਹੜੀ ਸੀ ਸਵਾ 2 ਕਰੋੜ ਪੂਰੀ ਟੀਮ ਲਈ ਹੋਇਆ ਕਰਦੀ ਸੀ ਜੀ ਕਿ ਸੋਨੇ ਦਾ ਮੈਡਲ ਲਿਆਓਗੇ ਤੇ ਤੁਹਾਨੂੰ ਆਹ ਰਾਸ਼ੀ ਜਿਹੜੀ ਅਸੀਂ ਦੇਵਾਂਗੇ ਜੀ ਹੁਣ ਉਹਨਾਂ ਨੇ ਕਿਹਾ ਕਿ ਜਿੰਨੇ ਵੀ ਪੰਜਾਬ ਦੇ ਪਲੇਅਰ ਨੇ ਜੀ ਜੀ ਉਹ ਸੋਨੇ ਦਾ ਮੈਡਲ ਲਿਆਉਣ ਜੀ ਤੇ ਸਵਾ 2-2 ਕਰੋੜ ਰੁਪਏ ਇਕੱਲੇ-ਇਕੱਲੇ ਨੂੰ ਜਿਹੜਾ ਹੈ ਉਹ ਦਿੱਤਾ ਜਾਵੇਗਾ ਵਰਸ਼ਾਂ ਦੀ ਹਾਕੀ ਟੀਮ ਦੀ ਗੱਲ ਕਰੀਏ ਤੇ 11 ਇਸ ਵੇਲੇ ਪੰਜਾਬ ਦੇ ਪਲੇਅਰ ਨੇ ਜੀ ਲੜਕੀਆਂ ਜਰਾ ਗਿਣਤੀ ਘਟ ਹੈ ਜੀ ਤੇ ਸੰਭਾਵਨਾਵਾਂ ਲੜਕੀਆਂ ਦੇ ਸੋਨ ਤੱਕ ਮਾ ਲਿਆਉਣ ਦੀਆਂ ਹੋ ਸਕਦੀਆਂ ਨਹੀਂ ਜੀ ਪਰ ਇੱਕ ਦੋ ਸਵਾਲ ਉੱਠਦੇ ਨੇ ਜੀ ਠੀਕ ਹੈ ਇੱਕ ਗੱਲ ਨੂੰ ਤੇ ਪਾਸੇ ਕਰ ਦਈਏ ਕਿ ਖਿਡਾਰੀਆਂ ਦਾ ਮਾਣ ਹੌਸਲਾ ਵਧਾਉਣਾ ਚਾਹੀਦਾ ਹੈ ਤੇ ਉਹਨਾਂ ਨੂੰ ਇਸ ਤਰ੍ਹਾਂ ਪੱਤੇ ਜਾਂ ਇਨਾਮ ਜਿਹੜੇ ਨੇ ਉਹ ਦੇਣੇ ਬਣਦੇ ਨੇ ਕਿਉਂਕਿ ਸਪੋਰਟਸ ਇੱਕ ਭਗਤੀ ਹੈ ਜੀ ਤੇ ਬਹੁਤ ਵੱਡੀ ਸਾਧਨਾ ਹੈ ਜੀ ਜਿਸ ਦੇ ਵਿੱਚੋਂ ਦੀ ਗੁਜ਼ਰ ਕੇ ਬੰਦਾ ਇਸ ਮੁਕਾਮ ਤੇ ਪਹੁੰਚਦਾ ਹੈ ਬਿਲਕੁਲ ਸੋ ਕਰ ਰਹੇ ਨੇ ਨੌਜਵਾਨਾਂ ਨੇ ਕੀਤੀ ਹੋਈ ਹੈ ਉਹਨਾਂ ਦਾ ਬੰਦਾ ਹੈ ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਜੀ ਪਰ ਸਰਕਾਰੀ ਨੀਤੀਆਂ ਤੇ ਥੋੜੀ ਜੀ ਗੱਲ ਜ਼ਰੂਰ ਕਰਨੀ ਪੈਂਦੀ ਹੈ ਜੀ ਕੀ ਇਸ ਤਰ੍ਹਾਂ 골ਡ ਮੈਡਲ ਆਉਂਦੇ ਨੇ ਨਹੀਂ ਕਿ ਉਧਰੋਂ ਤੋਂ 올림픽 ਜਿਹੜੀਆਂ ਨੇ ਅਧੀਆਂ ਖਤਮ ਹੋ ਰਹੀਆਂ ਨੇ ਜੀ ਕੁਆਟਰ ਫਾਈਨਲ ਦੇ ਵਿੱਚ ਭਾਰਤ ਦੀ ਟੀਮ ਪਹੁੰਚ ਚੁੱਕੀ ਹੈ ਜੀ ਤੇ ਅੱਜ ਤੁਸੀਂ ਇਨਾਮ ਦਾ ਐਲਾਨ ਕਰ ਰਹੇ ਹੋ ਜੀ ਕਿਉਂ ਨਹੀਂ ਅੱਜ ਤੋਂ 6 ਮਹੀਨੇ ਪਹਿਲਾਂ ਜਾਂ ਸਾਲ ਜਾਂ 2 ਜਾਂ 3 ਸਾਲ ਪਹਿਲਾਂ ਪੱਕਾ ਐਲਾਨ ਕਿਉਂ ਨਹੀਂ ਕੀਤਾ ਜਾਂਦਾ ਜੀ ਤਸੀਂ ਇਹੋ ਹੀ ਜਿਹੜੀ ਰਕਮ ਹੈ ਖਿਡਾਰੀਆਂ ਨੂੰ ਦੇਣੀ ਦੇ ਦਿਓ ਜੀ ਕਿ ਇਸ ਦਾ ਚੌਥਾ ਹਿੱਸਾ ਵੀ ਜਿਹੜਾ ਹੈ ਉਹ ਜਿੰਨੀ ਟੋਟਲ ਗਰੁੱਪ ਨੂੰ ਦੇਣਗੇ ਜੀ ਉਹਦੇ 224 ਕਰੋੜ ਦਾ ਕਿ ਚੌਥਾ ਹਿੱਸਾ ਵੀ ਸਿਹਤਤਾ ਨਾਲ ਸਹੀ ਤਰੀਕੇ ਨਾਲ ਸਪੋਰਟਸ ਇਨਫਰਾਸਟ੍ਰਕਚਰ ਤੇ ਖਰਚ ਕੀਤਾ ਹੈ ਨਹੀਂ ਕਿ ਹਾਕੀ ਖਿਡਾਰੀਆਂ ਨੂੰ ਗੱਲ ਜਿਹੜੀ ਹੈ ਉਹ ਕੀਤੀ ਹੈ ਕੀ ਜਿਹੜੇ ਸੋਨੇ ਦਾ ਮੈਡਲ ਲਿਆਉਣਗੇ ਉਹਨਾਂ ਨੂੰ ਤੇ ਸਵਾ ਦੋ ਦੋ ਕਰੋੜ ਮਿਲ ਜਾਣਗੇ ਤੇ ਬਾਕੀ ਤੇ ਜਿਹੜੇ ਸਿਲਵਰ ਮੈਡਲ ਲਿਆਉਣਗੇ ਜਾਂ ਬ੍ਰੌਂਜ਼ ਮੈਡਲ ਲੈ ਕੇ ਆਉਣਗੇ ਉਹਨਾਂ ਨੂੰ ਕੀ ਮਿਲੇਗਾ ਜੀ ਦੁਨੀਆ ਚੋਂ ਤੀਸਰੇ ਚੌਥੇ ਪੰਜਵੇਂ ਛੇਵੇਂ ਨੰਬਰ ਤੇ ਵੀ ਆਉਣਾ ਬਹੁਤ ਮਾਰ ਕੇ ਵਾਲੀ ਗੱਲ ਹੈ ਜੀ ਤੇ ਜੇ ਕਿਸੇ ਖਿਡਾਰੀ ਨਾਲ ਗੱਲ ਕਰ ਲਈਏ ਜੀ ਜਿਹੜਾ ਖੇਡ ਦੇ ਵਿੱਚ ਜਿਸਨੇ ਸਮਾਂ ਲਾਇਆ ਹੋਵੇ ਜੀ ਤੇ ਜ਼ਿੰਦਗੀ ਦੇ ਸੁਨਹਿਰੇ ਪਲ ਜਿਹੜੇ ਨੇ ਉਧਰ ਦਿੱਤੇ ਹੋਣ ਮਿਹਨਤ ਮੁਸ਼ਕਤ ਦੇ ਵਿੱਚ ਜੀ ਉਹਨਾਂ ਦਾ ਇਹ ਕਹਿਣਾ ਕਿ 올림픽 ਦੇ ਵਿੱਚ ਰਿਪਰੈਜ਼ੈਂਟ ਕਰਨਾ ਹੀ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਪ੍ਰਾਪਤੀ ਹੈ। ਜੀ ਬਿਲਕੁਲ ਠੀਕ। ਹੁਣ ਇਹ ਅਸੀਂ ਇੱਕ ਸਿਸਟਮ ਬਣਾ ਲਿਆ। ਅਵਨਾ ਬਿੰਦਰਾ ਨੇ ਜਦੋਂ 골ਡ ਮੈਡਲ ਜਿੱਤਿਆ ਇੱਕੋ ਇੱਕ ਵਿਅਕਤੀਗਤ 골ਡ ਮੈਡਲ ਹੈ। ਜੀ ਇਨਾਮਾਂ ਦੀ ਝੜੀ ਲੱਗੀ ਕਰੋੜਾਂ ਕਰੋੜਾਂ ਆ ਗਿਆ। ਜੀ ਉਹ ਤੇ ਠੀਕ ਹੈ ਕਿ ਉਹਨ ਉਸ ਦੀ ਹੌਸਲਾ افزਾਈ ਹੋਣੀ ਚਾਹੀਦੀ ਹੈ। ਇਨਾਮ ਮਿਲਣੇ ਚਾਹੀਦੇ ਨੇ। ਪਰ ਕੀ ਸਿਸਟਮ ਅਸੀਂ ਇਸ ਤਰ੍ਹਾਂ ਦਾ ਬਣਾ ਸਕੇ ਜਿਸ ਦੇ ਨਾਲ ਕੋਈ ਇਸ ਤਰ੍ਹਾਂ ਦੇ ਕਰੋੜੀ ਮਲ ਸਾਡੇ ਹੋਰ ਵੀ ਪੈਦਾ ਹੋਣ। ਜੀ ਕਿੰਨੇ ਵਿਅਕਤੀ ਨੇ ਕਿੰਨੇ ਨੌਜਵਾਨ ਨੇ ਬੱਚੇ ਬੱਚੀਆਂ ਨੇ ਜਿਹੜੇ ਵਿਚਾਰੇ ਕਿਸੇ ਗਿਣਤੀ ਚ ਆਉਂਦੇ ਨਹੀਂ ਜੀ ਕਦੇ ਸਫਾਰਸ਼ੀ ਕੋਟਾ ਕਦੇ ਕੋਸ਼ਿਸ਼ ਕਦੇ ਟਰਾਂਸਪੇਰੈਂਸੀ ਦੀ ਘਾਟ ਜੀ ਸਾਰੀਆਂ ਗੱਲਾਂ ਕਰਕੇ ਪਿੱਛੇ ਰਹਿ ਜਾਂਦੇ ਨੇ ਜੀ ਤੇ ਸਾਨੂੰ ਉਹਨਾਂ ਦਾ ਚੇਤਾ ਵੀ ਨਹੀਂ ਆਉਂਦਾ ਜੀ ਸੋ ਇਹ ਗੱਲਾਂ ਨੇ ਪੰਜਾਬ ਸਰਕਾਰ ਨੇ ਇਹ ਫੈਸਲਾ ਚੰਗਾ ਲਿਆ ਪਰ ਫੈਸਲੇ ਬਾਰੇ ਇਸ ਨੂੰ ਜਿਵੇਂ ਕਹਿੰਦੇ ਨੇ ਤਰਕ ਸੰਗਤ ਬਣਾਉਣਾ ਜੀ ਕਿ ਇਸ ਦੇ ਜਿਹੜੀਆਂ ਸ਼ਰਤਾਂ ਨੇ ਉਹਨਾਂ ਦੇ ਬਾਰੇ ਸੋਚਣਾ ਵੀ ਬਣਦਾ ਸੀ ਇਹ ਕਿਸੇ ਨੇ ਇਹ ਨਹੀਂ ਘਰ ਤੁਰ ਤੁਰ ਉੱਠ ਕੇ ਐਲਾਨ ਕਰਦੇ ਹੋ ਕਿ ਸਵਾ ਦੋ ਦੋ ਕਰੋੜ ਦੇਵਾਂਗੇ ਜੀ ਇਸ ਪਿੱਛੇ ਇੱਕ ਪੂਰੀ ਪਲੈਨਿੰਗ ਹੋਣੀ ਚਾਹੀਦੀ ਹੈ ਘਟੋ ਘਟ ਜੀ ਜਿਸ ਦੇ ਤਹਿਤ ਇਹ ਯਕੀਨੀ ਬਣਾਇਆ ਜਾਵੇ ਕਿ ਸਾਡੇ ਕੋਲ ਖਜ਼ਾਨਾ ਖਾਲੀ ਹੋ ਜਵੇ ਸਾਡੇ ਕੋਲ ਇੰਨੇ ਪਲੇਅਰ ਪੈਦਾ ਹੋ ਜਾਣ ਜੀ ਸਵੈਰ ਉਦਕਾਰ ਦੇ ਮੌਕੇ ਪੈਦਾ ਹੋਣ ਭਾਵਨਾ ਜਾਗੇ ਪੰਜਾਬ ਜਿਸ ਨੂੰ ਇਹ ਅੱਜ ਲੋੜ ਹੈ ਜਿੱਥੇ ਇੰਨੇ ਇਨਾ ਸੰਘਰਸ਼ ਹੋ ਰਿਹਾ ਹੈ ਨਸ਼ਿਆਂ ਦੇ ਖਿਲਾਫ ਜਿਹੜੀ ਆਵਾਜ਼ ਉਠਾਈ ਜਾ ਰਹੀ ਹੈ ਨਸ਼ਿਆਂ ਦੇ ਖਿਲਾਫ ਜਦੋਜਹਿਦ ਹੋ ਰਹੀ ਹੈ ਜੀ ਘਰਾਂ ਦੇ ਘਰ ਖਾਲੀ ਹੋ ਗਏ ਨੇ ਜੀ ਸਾਡੇ ਨੌਜਵਾਨ ਵਿਦੇਸ਼ਾਂ ਨੂੰ ਜਾਣ ਲਈ ਮਜਬੂਰ ਨੇ ਜੀ ਤੇ ਸੈਂਕੜੇ ਲੋਕ ਸਾਡੇ ਸੜਕਾਂ ਤੇ ਬੈਠੇ ਨੇ ਅੰਦੋਲਨ ਕਰ ਰਹੇ ਨੇ ਜੀ ਇਹ ਸਾਰੇ ਮੁੱਦੇ ਪੰਜਾਬ ਸਾਹਮਣੇ ਮੂੰਹ ਚੁੱਕ ਕੇ ਖਲੋਤੇ ਨੇ ਪਾਣੀ ਦੀ ਘਾਟ ਹੈ ਜੇ ਅਸੀਂ ਸਪੋਰਟਸ ਵੱਲੋਂ ਵੀ ਹੋ ਜਾਈਏ ਇੱਕ ਪੂਰੀ ਦੀ ਪੂਰੀ ਇੰਡਸਟਰੀ ਬਣਾ ਲਈਏ ਜੀ ਤੇ ਕੀ ਨਹੀਂ ਇੱਥੇ ਹੋ ਸਕਦਾ ਜੀ ਸੋ ਇਹ ਇੱਕ ਪੂਰੇ ਦਾ ਪੂਰਾ ਸਿਸਟਮ ਜਿਹੜਾ ਉਸ ਨੂੰ ਬਦਲਿਕਨ ਦੀ ਲੋੜ ਹੈ ਸਵਾ ਦੋ ਕਰੋੜ ਦੇਣੇ ਚੰਗੀ ਅਪਰੋਚ ਹੈ ਪਰ ਸਿਲਵਰ ਮੈਡਲ ਤੇ ਬ੍ਰੌਂਜ਼ ਵਾਲਿਆਂ ਨੂੰ ਵੀ ਕੁਝ ਨਾ ਕੁਝ ਜ਼ਰੂਰ ਚਾਹੀਦਾ ਹੈ ਔਰ ਬਿਲਕੁਲ ਚਾਹੀਦਾ ਹੈ। ਕੁਲਦੀਪ ਜੀ ਮੈਨੂੰ ਲੱਗਦਾ ਹੈ ਕਿ ਖਿਡਾਰੀਆਂ ਨੂੰ ਬਾਅਦ ਇਨਾਮ ਦੀ بجائے ਜੇ ਪਹਿਲਾਂ ਉਹਨਾਂ ਦੀ ਮਦਦ ਕੀਤੀ ਜਾਏ ਤੇ ਆਰਥਿਕ ਪੱਖੋਂ ਉਹ ਹੋਰ ਚੰਗੀ ਟ੍ਰੇਨਿੰਗ ਲੈ ਸਕਣ ਉਹਨਾਂ ਦੇ ਸਾਰੇ ਪ੍ਰਬੰਧ ਕੀਤੇ ਜਾਣ। ਤੇ ਜੇ სპੋਰਟਸ ਸਕੂਲ ਦੀ ਗੱਲ ਕਰੀਏ, სპੋਰਟਸ ਕਾਲਜ ਦੀ ਗੱਲ ਕਰੀਏ ਤੇ ਜਲੰਧਰ ਦਾ სპੋਰਟਸ ਕਾਲਜ ਸਾਡੇ ਸਾਹਮਣੇ ਸਾਹਮਣੇ ਸਾਫ਼ ਉਦਾਹਰਣ ਹੈ ਕਿ ਉਹ ਉਹਦੀ ਦੇਖਭਾਲ ਨਹੀਂ ਹੋ ਰਹੀ ਉਥੇ ਸਟੂਡੈਂਟ ਨਾਵੇ ਐਡਮਿਸ਼ਨ ਨਹੀਂ ਲੈ ਰਹੇ ਇਹ ਸਭ ਸਿਆਸਤੀ ਚਾਲਾਂ ਨਹੀਂ ਐ ਜ਼ਮੀਨ ਹੜਪੰਦਾ ਮਾਮਲਾ ਹੈ। ਸਿਆਸਤੀ ਚਾਲਾਂ ਕਹਿ ਸਕਦੇ ਹਾਂ। ਜੀ। ਇਸ ਵਿੱਚ ਭਾਵਨਾ ਕਈ ਵਰੀ ਭਾਵਨਾਵਾਂ ਆ ਜਾਂਦੀਆਂ ਨੇ ਬਹੁਤ ਜੀ ਕਿ ਜਦੋਂ ਵਾਕਈ ਅਸੀਂ ਸਾਰੇ ਚਾਹੁੰਦੇ ਹਾਂ ਕਿ ਸਾਡੇ ਖਿਡਾਰੀ ਜਿੱਤ ਕੇ ਆਉਣ ਮੈਡਲ ਲੈ ਕੇ ਆਉਣ ਪਰ ਅਸੀਂ ਉਹਨਾਂ ਨੂੰ ਇਹ ਵਿੱਚ ਵਜੋਂ ਉਹਨਾਂ ਲਈ ਕੀਤਾ ਕੀ ਜੀ ਅੱਜ ਤੈ ਨਾਮ ਦੇ ਸਕਦੇ ਸਰਕਾਰੀ ਖਜ਼ਾਨੇ ਚੋਂ ਦੇਣੇ ਨੇ ਜੀ ਦਿੱਤੇ ਜਾ ਸਕਦੇ ਨੇ ਹੋਰ ਚੀਜ਼ਾਂ ਤੇ ਵਸਤਾਂ ਤੇ ਬੇਕਾਰ ਦੇ ਸਮਾਗਮਾਂ ਤੇ ਇਸ਼ਤਿਹਾਰਾਂ ਤੇ ਪਤਾ ਨਹੀਂ ਕਿੱਥੇ ਕਿੱਥੇ ਫੋਟੋਆਂ ਲਾਉਣ ਤੇ ਕਰੋੜਾਂ ਖਰਚੇ ਜਾਂਦੇ ਖਿਡਾਰੀਆਂ ਦੇ ਦਿੱਤਾ ਅੱਜ ਤੇ ਫਿਰ ਕੀ ਹੈ ਜੀ ਪਰ ਗੱਲ ਇਹ ਤੁਹਾਡੀ ਗੱਲ ਠੀਕ ਹੈ ਕਿ ਇਹ ਪਹਿਲਾਂ ਖਰਚੇ ਜਾਣੇ ਚਾਹੀਦੇ ਨੇ 인ਫਰਾਸਟਰਕਚਰ ਤੇ ਖਿਡਾਰੀਆਂ ਦੀਆਂ ਸਹੂਲਤਾਂ ਵਾਸਤੇ ਜੀ ਜਿਸ ਨਾਲ ਇਸ ਤਰ੍ਹਾਂ ਦੇ ਉਹ ਤੇ ਦੇਖੋ ਜਿਸਨੇ 골ਡ ਮੈਡਲ 올림픽ਸ ਵਿੱਚੋਂ ਲਿਆਉਣਾ ਹੈ ਉਸ ਨੂੰ ਤੇ ਘਾਟ ਨਹੀਂ ਹੋਵੇਗੀ ਕਰੋਨਾ ਦੀ ਹਾਲਾਂਕਿ ਚਲੋ ਲੋਡ ਹੈ ਜੀ ਉਹ ਤੇ ਵੈਸੇ ਵਾਰੇ ਨਾਰੇ ਹੋ ਜਾਣਗੇ ਜੀ ਤੁਸੀਂ ਸਪਾਂਸਰ ਲੱਭੋ ਤੁਸੀਂ ਕੰਪਨੀਆਂ ਨੂੰ ਉਤਸ਼ਾਹਿਤ ਕਰੋ ਕਿ ਉਹਨਾਂ ਨੂੰ ਸਪਾਂਸਰ ਕਰਨ ਅੱਗੇ ਲਿਆਉਣ ਤੇ ਖਿਡਾਰੀਆਂ ਦੇ ਤੇ ਆਪੇ ਆਪੇ ਇਸ ਹਰ ਪਾਸਿਓਂ ਠੀਕ ਠੀਕ ਹੋਵੇਗਾ ਸਾਰਾ ਕੁਝ ਜੀ ਤੇ ਕੁਲਦੀਪ ਜੀ ਗੱਲ ਹੁਣ ਦਿੱਲੀ ਵਿਧਾਨ ਸਭਾ ਦੀ ਕਰਦੇ ਆਂ ਪੰਜਾਬ ਸਰਕਾਰ ਨੇ ਤਾਂ ਖੇਤੀ ਕਾਨੂੰਨ ਰੱਦ ਕੀਤੇ ਬੜੇ ਮਹੀਨੇ ਹੋ ਗਏ ਨੇ ਤੇ ਹੁਣ ਦਿੱਲੀ ਵਿਧਾਨ ਸਭਾ ਨੇ ਖੇਤੀ ਕਾਨੂੰਨ ਰੱਦ ਕਰਨ ਦਾ ਫੈਸਲਾ ਕੀਤਾ ਇਹਦਾ ਕੀ ਮਤਲਬ ਹੈ ਦਿੱਲੀ ਵਿਧਾਨ ਸਭਾ ਨੇ ਦੋ ਤਿੰਨ ਕਰੋ ਜਿਹੜੇ ਨੇ ਕਾਨੂੰਨ ਜਾਂ ਮਤੇ ਪਾ ਕੇ ਜਿਹੜੇ ਨੇ ਉਹ ਉਹਨਾਂ ਨੇ ਪਾਸ ਕੀਤੇ ਨੇ ਦਿੱਲੀ ਵਿਧਾਨ ਸਭਾ ਦੇ ਵਿੱਚ ਜੀਐਸਟੀ ਤੇ ਸੋਧ ਕਾਨੂੰਨ ਇੱਕ ਤਾਂ ਉਹਨਾਂ ਨੇ ਬਿੱਲ ਪਾਸ ਕੀਤਾ ਜੀ ਜਿਸ ਵੇ ਚੋਰਨ ਨੇ ਕਿਹਾ ਕਿ ਟੈਕਸ ਦੀ ਚੋਰੀ ਰੋਕਣ ਲਈ ਅਸੀਂ ਕੋਇਂਦਰ ਤੋਂ ਇਲਾਵਾ ਕੁਝ ਆਪਣੇ ਤੌਰ ਤੇ ਉਪਰਾਲੇ ਕਰ ਰਹੇ ਹਾਂ ਜੀ ਜਿਸ ਨਾਲ 15 ਜਾਂ 16 ਚੋਰ ਮੋਰੀਆਂ ਅਸੀਂ ਬੰਦ ਕਰ ਦਿੱਤੀਆਂ ਨੇ ਜਿਸ ਨਾਲ ਸਾਨੂੰ ਇਨਕਮ ਸਾਡੀ ਵਧੇਗੀ ਜੀ ਕੁਲਦੀਪ ਜੀ ਚੋਰ ਮੋਰੀਆਂ ਦੀ ਤੁਸੀਂ ਗੱਲ ਕੀਤੀ ਹੈ ਇਹ ਚੋਰ ਮੋਰੀਆਂ ਬੜੀ ਦੂਰ ਤੱਕ ਜਾਂਦੀਆਂ ਨੇ ਮੈਂ ਛੋਟੀ ਗੱਲ ਹੈ ਬ੍ਰੇਕ ਤੋਂ ਜਾਣ ਤੋਂ ਪਹਿਲਾਂ ਮੌਕਾ ਦਿੰਦੇ ਹਾਂ ਜੀ ਉਹਨਾਂ ਨੇ ਜਿਹੜੇ ਪ੍ਰਸਤਾਵਿਤ ਕਾਨੂੰਨ ਨੇ ਤਿੰਨ ਜਿਹੜੇ ਨੇ ਕੇਂਦਰ ਨੇ ਪਾਸ ਕੀਤੇ ਹੋਏ ਨੇ ਜੀ ਜਿਨ੍ਹਾਂ ਜਿਨ੍ਹਾਂ ਸੂਬਿਆਂ ਨੇ ਪਾਸ ਕੀਤੇ ਹੋਏ ਨੇ ਉਹਨਾਂ ਵਿੱਚ ਪੰਜਾਬ ਜਿਨ੍ਹਾਂ ਨੇ ਇਹ ਪਹਿਲੇ ਖਾਰਜ ਕਰ ਦਿੱਤੇ ਨੇ ਜੀ ਪੰਜਾਬ ਛਤੀਸਗੜ ਰਾਜਸਥਾਨ ਦਿੱਲੀ ਤੇ ਕੇਰਲ ਜੀ ਇਹ ਹੁਣ ਸੂਬੇ ਉਹ ਬਣ ਗਏ ਨੇ ਜਿਨ੍ਹਾਂ ਨੇ ਪਹਿਲੇ ਰੱਦ ਕਰ ਦਿੱਤਾ ਤੇ ਹੁਣ ਪ੍ਰਸਤਾਵ ਪਾ ਕੇ ਕੇਜਰੀਵਾਲ ਸਰਕਾਰ ਨੇ ਪੱਕੇ ਤੌਰ ਤੇ ਇਸ ਤੇ ਮੋਹਰ ਲਾ ਦਿੱਤੀ ਕਿ ਅਸੀਂ ਇਹ ਕਾਨੂੰਨਾਂ ਨੂੰ ਆਪਣੇ ਸੂਬੇ ਦੇ ਵਿੱਚ ਦਿੱਲੀ ਦੇ ਵਿੱਚ ਜਿੰਨੇ ਵੀ ਨੁਕਸਾਨ ਹਨ ਜਿੰਨੇ ਵੀ ਹਨ ਅਸੀਂ ਉਹਨਾਂ ਨੂੰ ਮੂਲੋਂ ਰੱਦ ਕਰਦੇ ਹਾਂ ਤੇ ਸਾਡੇ ਲਈ ਇਹ ਕਾਨੂੰਨ ਕਾਨੂੰਨ ਨਹੀਂ ਪਰ ਇਹ ਉਹ ਸਟੇਟਾਂ ਨੇ ਜਿਹੜੀਆਂ ਬੀਜੇਪੀ ਤੋਂ ਉਲਟ ਪਾਰਟੀਆਂ ਵਾਲੀਆਂ ਸਟੇਟਾਂ ਨੇ ਇਸ ਨਾਲ ਕੀ ਫਰਕ ਪਏਗਾ ਕੇਂਦਰ ਤੇ ਇਸ ਦਾ ਅਜੇ ਕੋਈ ਪਤਾ ਨਹੀਂ ਜੀ ਤੇ ਕੁਲਦੀਪ ਜੀ ਆਪਾਂ ਮੁੱਦਿਆਂ ਤੇ ਚਰਚਾ ਜਾਰੀ ਰੱਖਦੇ ਆਂ ਪਰ ਇਸ ਬ੍ਰੇਕ ਤੋਂ ਬਾਅਦ ਬ੍ਰੇਕ ਤੋਂ ਬਾਅਦ ਵਿਚਾਰ ਚਰਚਾ ਪ੍ਰੋਗਰਾਮ 'ਚ ਸਵਾਗਤ ਕਰਦੇ ਆਂ ਤੇ ਕੁਲਦੀਪ ਜੀ ਗੱਲ ਹੁਣ ਪੈਗਸਸ ਦੀ ਕਰਦੇ ਆਂ ਸਰਕਾਰ ਬੋਲਣ ਲਈ ਤਿਆਰ ਨਹੀਂ ਪਰ ਵਿਰੋਧੀ ਇਹਨੂੰ ਦਬਾਉਣ ਲਈ ਤਿਆਰ ਨਹੀਂ ਇਹ ਰੌਲਾ ਵੱਧਦਾ ਹੀ ਜਾ ਰਿਹਾ ਹੈ ਇਹ ਰੌਲਾ ਵੱਧਦਾ ਜਾ ਰਿਹਾ ਇਸ ਵਿੱਚ ਕੋਈ ਸ਼ੱਕ ਨਹੀਂ ਜੀ ਵਿਰੋਧੀ ਪਾਰਟੀਆਂ ਨੇ ਇਕੱਠੇ ਹੋ ਕੇ ਇੱਕ ਮੀਟਿੰਗ ਕੀਤੀ ਹੈ ਜਿਸ ਦੇ ਵਿੱਚ ਸਾਰੇ ਸਰਕਾਰ ਦਾ ਆਗੂ ਜਿਹੜੇ ਨੇ ਦੂਸਰੀਆਂ ਪਾਰਟੀਆਂ ਦੇ ਸ਼ਾਮਲ ਹੋਏ ਜੀ ਤੇ ਉਹਨਾਂ ਨੇ ਮੰਗ ਕੀਤੀ ਕਿ ਸਾਨੂੰ ਇਸ ਮੁੱਦੇ ਤੇ ਜ਼ਰੂਰ ਹੀ ਬੈਸਟ ਚਾਹੀਦੀ ਹੈ ਜੀ ਸੰਸਦ ਦੀ ਕਾਰਵਾਈ ਚੱਲ ਨਹੀਂ ਰਹੀ ਲੋਕ ਸਭਾ ਤੇ ਰਾਜ ਸਭਾ ਦੇ ਵਿੱਚ ਰਾਜ ਸਭਾ ਚ ਮਾੜੀ ਮੁੱਟੀ ਕਾਰਵਾਈ ਚੱਲੀ ਹੈ ਜੀ ਪਰ ਲੋਕ ਸਭਾ ਚ ਤਕਰੀਬਨ ਤਕਰੀਬਨ ਠੱਪ ਕਾਰਵਾਈ ਜਿਹੜੀ ਹੈ ਵਿਰੋਧੀ ਧਿਰਾਂ ਨੇ ਕੀਤੀ ਹੋਈ ਹੈ ਜੀ ਕਿਉਂਕਿ ਵਿਰੋਧੀ ਧਿਰਾਂ ਦੀ ਗਿਣਤੀ ਬਹੁਤ ਥੋੜੀ ਹੈ ਤੇ ਬਹੁਤ ਵੱਡਾ ਬਹੁਮਤ ਹੈ ਭਾਰਤੀ ਜਨਤਾ ਪਾਰਟੀ ਕੋ ਜੀ ਤੇ ਵਿਰੋਧੀ ਧਿਰਾਂ ਦੀ ਆਵਾਜ਼ ਜਿਹੜੀ ਆ ਉਹ ਪਹੁੰਚ ਨਹੀਂ ਰਹੀ ਜੀ ਹੁਣ ਪੰਜਾਬ ਦੇ ਜਿਹੜੇ ਮੈਂਬਰ ਪਾਰਲੀਮੈਂਟ ਨੇ ਜਾਂ ਕੁਝ ਹਰਿਆਣੇ ਦੇ ਨੇ ਇਹ ਤਾਂ ਕਿਸਾਨਾਂ ਦੇ ਮੁੱਦੇ ਨੂੰ ਲੈ ਕੇ ਅੱਗੇ ਚੱਲ ਰਿਹਾ ਸੀ। ਜੀ। ਪਰ ਜੇਸ ਮੁੱਦੇ ਤੇ ਸਰਵ ਸਾਂਝੇ ਨੇ ਸਾਰੇ ਹੀ ਨੇ ਇਕੱਠੇ ਨੇ। ਜੀ। ਉਹ ਇਹੋ ਜਸੂਸੀ ਦਾ ਮੁੱਦਾ ਹੈ ਪੈਗਸਸ ਦਾ। ਜੀ। ਮੈਂ ਦਰਸ਼ਕਾਂ ਨੂੰ ਕੋਈ ਫੇਰ ਦੱਸ ਦਵਾਂ ਕਿ ਪੈਗਸਸ ਇੱਕ ਕੰਪਨੀ ਇਜ਼ਰਾਈਲ ਦੀ ਕੰਪਨੀ ਦਾ ਇੱਕ ਸੌਫਟਵੇਅਰ ਹੈ। ਜੀ। ਜਿਹੜਾ ਦੁਨੀਆਂ ਦੇ ਵਿੱਚ ਵੇਚਿਆ ਜਾਂਦਾ ਹੈ। ਕੰਪਨੀ ਇਹ ਕਹਿੰਦੀ ਸੀ ਕਿ ਅਸੀਂ ਜ਼ਿੰਮੇਵਾਰ ਸਰਕਾਰਾਂ ਤੇ ਸਰਕਾਰੀ ਏਜੰਸੀਆਂ ਨੂੰ ਵੀ ਵੇਚਦੇ ਹਾਂ ਤਾਂ ਕਿ ਆਪਣੀ ਅੰਦਰੂਨੀ ਸੁਰੱਖਿਆ ਦਾ ਕੰਮ ਚਲਾ ਸਕਣ। ਜੀ। ਮਨਰ ਕਹਿੰਦਾ ਕਿ ਸਾਨੂੰ ਇਸ ਕੱਲ ਦਾ ਪਤਾ ਨਹੀਂ ਕਿ ਕੋਈ ਇਸ ਨੂੰ ਕਿਵੇਂ ਵਰਤਦਾ ਹੈ ਜੀ ਹੁਣ ਇੱਕ ਰੇਟ ਲਿਸਟ ਜਿਹੜੀ ਹੈ ਇਸ ਸੌਫਟਵੇਅਰ ਦੀ ਜਿਹੜੀ ਪਿਛਲੇ ਸਾਲਾਂ ਵਿੱਚ ਸਾਹਮਣੇ ਆਈ ਜੀ ਜਿਸ ਮੁਤਾਬਕ 2019 ਦੇ ਵਿੱਚ ਅੰਕੜੇ ਆਏ ਸੀ ਅਮਰੀਕਾ ਦੇ ਵਿੱਚ ਜੀ ਕਿ ਅਗਰ ਇਹ ਸੌਫਟਵੇਅਰ ਜਿਹੜਾ ਹੈ ਕਿਸੇ ਦੇ ਆਈਫੋਨ ਵਿੱਚ ਇੰਸਟਾਲ ਕਰਨਾ ਹੋਵੇ ਜੀ 10 ਆਈਫੋਨਾਂ ਦੇ ਵਿੱਚ ਜੀ ਤੇ 6.5 ਲੱਖ ਡਾਲਰ ਜਿਹੜੇ ਨੇ ਉਹ ਲੈ ਜਾਣਗੇ ਜੀ ਇਸੇ ਤਰ੍ਹਾਂ ਜਿਹੜੇ ਐਂਡਰੋਇਡ ਫੋਨ ਨੇ ਉਹਨਾਂ ਦੇ ਵੀ 6.5 ਲੱਖ ਲੈ ਜਾਣਗੇ ਜੀ ਜੇ ਬਲੈਕਵੇਰੀ ਵਿੱਚ ਕਰਨਾ ਹੈ ਤੇ ਉਸਦੇ 5 ਲੱਖ ਡਾਲਰ ਨੇ ਤੇ ਜੇ ਸਿੰਬੀਅਨ ਸੌਫਟਵੇਅਰ ਜਿਸ ਵਿੱਚ ਨੋਕੀਆ ਵਗੈਰਾ ਦੇ ਫੋਨ ਹੁੰਦੇ ਸੀ ਪਹਿਲੇ ਜੀ ਉਹ ਫਿਰ 3 ਲੱਖ ਡਾਲਰ ਅਮਰੀਕਨ ਜਿਹੜਾ ਹੈ ਉਸ ਦੀ ਫੀਸ ਜਿਹੜੀ ਆ ਲਈ ਜਾਵੇਗੀ ਜੀ ਇਸ ਤੋਂ ਇਲਾਵਾ ਇੰਸਟਾਲੇਸ਼ਨ ਚਾਰਜਸ ਜਿਹੜੇ ਨੇ 5 ਲੱਖ ਡਾਲਰ ਤੱਕ ਦੇ ਦਸਾਂ ਦੇ ਸੈਟ ਦੇ ਹੋਣਗੇ ਜੀ ਇਸ ਤਰ੍ਹਾਂ ਖੂਬ ਪੈਸਾ ਬਣਾਇਆ ਇਜ਼ਰਾਈਲ ਨੇ ਇਜ਼ਰਾਈਲ ਨੇ ਤਾਂ ਬਣਾਇਆ ਤੇ ਸਾਡੀ ਸਰਕਾਰ ਨੇ ਕਿੰਨਾ ਕੁ ਖਰਚਿਆ ਉੱਤੇ ਸਾਡੀ ਸਰਕਾਰ ਇਹੋ ਤੇ ਦੱਸ ਨਹੀਂ ਰਹੀ ਜੀ ਜਦੋਂ ਇਹਨਾਂ ਨੂੰ ਪੁੱਛਦੇ ਨੇ ਕਿ ਤੁਸੀਂ ਪਾਈਏ ਇਸ ਮੁੱਦੇ ਤੇ ਬਹਿਸ ਕਰੋ ਜੀ ਸਾਰੀਆਂ ਵਿਰੋਧੀ ਧਿਰਾਂ ਇੱਕੋ ਗੱਲ ਕਰ ਰਹੀਆਂ ਨੇ ਕਿ ਸਾਨੂੰ ਹੋਰ ਕੁਝ ਨਹੀਂ ਇਸ ਮੁੱਦੇ ਤੇ ਡਿਸਕਸ਼ਨ ਜਿਹੜੀ ਹੈ ਲੋਕ ਸਭਾ ਤੇ ਰਾਜ ਸਭਾ ਦੇ ਵਿੱਚ ਚਾਹੀਦੀ ਹੈ ਤੇ ਸਾਡੇ ਸਵਾਲਾਂ ਦੇ ਜਵਾਬ ਦਿਓ ਜੀ ਸਵਾਲਾਂ ਦੇ ਜਵਾਬ ਦੇਣ ਤੋਂ ਕੇਂਦਰ ਸਰਕਾਰ ਮਨਕਰ ਹੈ ਜੀ ਉਹਨਾਂ ਨੇ ਉਹ ਕੀ ਕਹਿੰਦੇ ਨੇ ਉਹ ਕਹਿੰਦੇ ਨੇ ਇਹ ਨੌਨ ਇਸ਼ੂ ਹੈ ਜੀ ਨੌਨ ਸੀਰੀਅਸ ਇਸ਼ੂ ਹੈ ਜੀ ਉਹ ਕਹਿੰਦੇ ਇਹ ਕੋਈ ਮੁੱਦਾ ਹੀ ਨਹੀਂ ਜੀ ਤੇ ਜਾਂ ਕੋਈ ਬਹੁਤਾ ਗੰਭੀਰ ਮੁੱਦਾ ਨਹੀਂ ਜੀ ਹੁਣ ਜੇ ਜੇ ਵਿਰੋਧੀ ਧਿਰ ਇੰਨਾ ਜ਼ੋਰ ਲਾ ਰਹੀਆਂ ਨੇ ਤੇ ਤੁਸੀਂ ਸੱਚੇ ਹੋ ਜੀ ਤੇ ਕਰਵਾਓ ਬਹਿਸ ਜੀ ਇੰਨੇ ਦਿਨ ਵੇਸਟ ਹੋਏ ਨੇ 8-9 ਦਿਨ ਸੰਸਦ ਦੇ ਖਰਾਬ ਗਏ ਨੇ ਜੀ ਇੱਕ ਦਿਨ ਇਸ ਤੇ ਵੀ ਵੇਸਟ ਕਰ ਲਓ ਜੀ ਦੋ ਦਿਨ ਕਰ ਲਓ ਜੀ 13-14 ਅਗਸਤ ਤੱਕ ਕਾਰਵਾਈ ਚੱਲਣੀ ਹੈ ਜੀ ਉਦੋਂ ਤੱਕ ਕੁਝ ਨਾ ਕੁਝ ਤੇ ਨਿਕਲੇਗਾ ਜੀ ਪਰ ਸਰਕਾਰ ਹੁਣ ਇੱਥੇ ਆ ਗਈ ਹੈ ਕਹਿੰਦੇ ਨੇ ਕਿ ਸਰਕਾਰ ਨੇ ਰਿਕਾਰਡ ਸਮੇਂ ਦੇ ਵਿੱਚ ਕੁਝ ਘੰਟਿਆਂ 'ਚ ਹੀ ਆਪਣੇ 4-5 ਬਿੱਲ ਪਾਸ ਕੀਤੇ ਨੇ ਇੰਸ਼ੋਰੈਂਸ ਦਾ ਹੋਰ ਹੈ ਕਈ ਐਸੇ ਪਾਸੇ ਦੇ ਜਿਹੜੇ ਬਿੱਲੇ ਪਾਸ ਕਰ ਲੈਣੇ ਅੰਦਰ ਖਾਤੇ ਜੀ ਜਦੋਂ ਉਹਨਾਂ ਨੂੰ ਮੋਕਾ ਮਿਲਦਾ ਬਿੱਲ ਪੇਸ਼ ਕਰਦੇ ਨੇ ਆਪਣੇ ਮੈਂਬਰ ਹੁੰਦੇ ਨੇ ਉਹ ਮੋਹਰ ਲਾਉਂਦੇ ਨੇ ਤੇ ਕੰਮ ਹੋ ਜਾਂਦਾ ਪਰੇ ਲੋਕਤੰਤਰ ਦਾ ਸਿੱਧਾ ਸਿੱਧਾ ਕਾਣ ਨਹੀਂ ਲੱਗਦਾ ਤੁਹਾਨੂੰ ਲੱਗਦਾ ਲੋਕਤੰਤਰ ਦਾ ਕਾਣ ਲੱਗਦਾ ਜਦ ਕਿ ਲੋਕਾਂ ਦੇ ਵਿੱਚ ਪ੍ਰਚਾਰ ਇਹ ਕੀਤਾ ਜਾ ਰਿਹਾ ਕਿ ਵਿਰੋਧੀ ਧਿਰਾਂ ਇੱਕੋ ਮੁੱਦੇ ਨੂੰ ਲੈ ਕੇ ਅੜਦੀਆਂ ਜਾ ਰਹੀਆਂ ਨੇ ਤੇ ਲੋਕ ਸਭਾ ਤੇ ਰਾਜ ਸਭਾ ਦੀ ਕਾਰਵਾਈ ਨਹੀਂ ਚੱਲਣ ਦਿੰਦੀਆਂ ਤੇ ਲੋਕਤੰਤਰ ਦਾ ਕਾਣ ਇਹ ਲੋਕ ਕਰ ਰਹੇ ਨੇ ਜੀ ਹੁਣ ਸਰਕਾਰ ਇੰਨਾ ਵੀ ਨਹੀਂ ਦੱਸ ਰਹੀ ਕਿ ਅਸੀਂ ਇਹ ਸੌਫਟਵੇਅਰ ਵਰਤਿਆ ਕਿ ਨਹੀਂ ਵਰਤਿਆ ਜੀ ਨਾਮ ਤੇ ਉਹਨਾਂ ਲੋਕਾਂ ਦੇ ਰੋਜ ਆ ਜਾਂਦੇ ਨੇ ਇੱਕ ਦੋ ਹੋਰ ਪੈ ਜਾਂਦੇ ਨੇ ਕਿ ਦੇਖੋ ਇਹਨਾਂ ਦੇ ਫੋਨ ਦੇ ਵੀ ਸੌਫਟਵੇਅਰ ਪਿਆ ਹੋ ਸਕਦਾ ਜੀ ਸੌਫਟਵੇਅਰ ਇੱਕ ਇਹੋ ਜਿਹੀ ਚੀਜ਼ ਹੈ ਸਪਾਈਵੇਅਰ ਹੈ ਜੀ ਜਿਹੜਾ ਬਿਨਾ ਕਲਿੱਕ ਕੀਤੇ ਤਾਂ ਤੁਹਾਡੇ ਫੋਨ ਦੇ ਵਿੱਚ ਆ ਜਾਂਦਾ ਜੀ ਜਿਵੇਂ ਦੂਸਰੇ ਦੇਸ਼ਾਂ ਦੀ ਜਿਸੂਸੀ ਕਰਨੇ ਨੂੰ ਤੇ ਉਹਨਾਂ ਦੀਆਂ ਅੰਦਰਲੀਆਂ ਖਬਰਾਂ ਲਿਆਉਣ ਵਾਸਤੇ ਜਸੂਸ ਮੁਲਕਾਂ ਨੇ ਇੱਕ ਦੂਸਰੇ ਮੁਲਕਾਂ ਦੇ ਵਿੱਚ ਭੇਜੇ ਹੁੰਦੇ ਨੇ ਜੀ ਜਾਂ ਆਪਣੇ ਮੁਲਕ ਦੇ ਵਿੱਚ ਵੀ ਕਿਸੇ ਦੀ ਜਿਸੂਸੀ ਕਰਨੀ ਹੋਵੇ ਤਾਂ ਕਿਸੇ ਨੂੰ ਭੇਜਣਾ ਪਏਗਾ ਜੀ ਜਾਂ ਕੈਮਰਾ ਲਾਉਣੇ ਪੈਣਗੇ ਜੀ ਇਹ ਅਜਿਹਾ ਜਸੂਸ ਹੈ ਜਿਹੜਾ ਤੁਹਾਡੀ ਜੇਬ ਦੇ ਵਿੱਚ ਹੈ ਜੀ ਤੁਹਾਡੀ ਹਰ ਗੱਲ ਸੁਣ ਰਿਹਾ ਹੈ ਤੁਹਾਡੀ ਹਰ ਚੈਟ ਰਿਕਾਰਡ ਕਰ ਰਿਹਾ ਹੈ ਜੀ WhatsApp Viber Mail ਜਿੰਨੇ ਸੋਸ਼ਲ ਮੀਡੀਆ ਦੇ ਪਲੈਟਫਾਰਮ ਨੇ ਹਰ ਇੱਕ ਦੀ ਜਾਣਕਾਰੀ ਇਨ ਬਿਨ ਜਿਹੜੀ ਹੈ ਉਹ ਕੰਪਨੀ ਨੂੰ ਮੁਹੱਈਆ ਕਰਵਾਈ ਜਾ ਰਹੀ ਹੈ ਜਿਹੜੀ ਨੇ ਸੌਫਟ ਸਪਾਈਵੇਅਰ ਤੁਹਾਡੇ ਫੋਨ ਦੇ ਵਿੱਚ ਇੰਸਟਾਲ ਕੀਤਾ ਹੋਵੇ ਜੀ ਹੁਣੇ ਤੁਹਾਡੇ ਹਰ ਵੇਲੇ ਜੇਬ ਦੇ ਵਿੱਚ ਹੈ ਤੁਹਾਡੇ ਬੈਡਰੂਮ ਦੇ ਵਿੱਚ ਵੀ ਹੈ ਜੀ ਤੇ ਇੱਥੋਂ ਤੱਕ ਕਿ ਕਈ ਸਜਣਾ ਦੇ ਤਾਂ ਵਾਸ਼ਰੂਮ ਦੇ ਵਿੱਚ ਵੀ ਜਾਂਦਾ ਹੋਏਗਾ ਨਾਲ ਜੀ ਹੁਣੇ ਕਿਹੜੀ ਗੱਲ ਤੁਹਾਡੀ ਸ਼ੁਪੀ ਰਹਿ ਸਕਦੀ ਹੈ ਜਿਨ੍ਹਾਂ ਵਿਅਕਤੀਆਂ ਦੀ ਇੰਨੀ ਜ਼ਿਆਦਾ ਜਸੂਸੀ ਕੀਤੀ ਗਈ ਹੋਵੇ ਜੀ ਔਰ ਕੀ ਇਸ ਤਰ੍ਹਾਂ ਦਾ ਜਸੂਸੀ ਵਾਲਾ ਸੌਫਟਵੇਅਰ ਤੁਸੀਂ ਆਪਣੇ ਦੇਸ਼ ਵਿੱਚ ਲਿਆਉਣਾ ਵੀ ਵਾਜਬ ਸਮਝਦੇ ਹੋ ਜੀ ਇੱਕ ਸਮਝਣ ਵਾਲੀ ਗੱਲ ਹੈ ਕਿ ਜੇ ਤੁਸੀਂ ਅੰਦਰੂਨੀ ਸੁਰੱਖਿਆ ਬਾਰੇ ਚਿੰਤਾਤ ਹੋ ਤੇ ਤੁਹਾਨੂੰ ਤੁਸੀਂ ਮੰਨ ਵੀ ਲੈਂਦੇ ਹੋ ਕਿ ਸਾਨੂੰ ਆ ਜਿਹੜੇ ਵਿਰੋਧੀ ਧਿਰ ਦੇ ਲੀਡਰ ਨੇ ਜਾਂ ਸਾਡੇ ਆਪਣੇ ਕੁਝ ਨਹੀਂ ਇਹਨਾਂ ਦੀ ਮਾੜੀ ਮੁੱਟੀ ਜਸੂਸੀ ਕਰਨ ਦੀ ਲੋੜ ਹੈ ਜੀ ਤੇ ਤੁਸੀਂ ਇਸ ਤਰ੍ਹਾਂ ਦੀ ਇੱਕ ਵਿਦੇਸ਼ੀ ਕੰਪਨੀ ਨੂੰ ਲੈ ਆਉਂਦੇ ਹੋ ਜੀ ਤੇ ਲਿਆ ਕੇ ਪਾ ਦਿੰਦੇ ਹੋ ਤੇ ਕੀ ਪਤਾ ਉਹ ਵਿਦੇਸ਼ੀ ਕੰਪਨੀ ਤੁਹਾਡੇ ਫੋਨਾਂ ਦੇ ਵਿੱਚ ਪਹਿਲੇ ਪਾ ਚੁੱਕੀ ਹੋਵੇ ਜੀ ਤੇ ਤੁਹਾਡੀਆਂ ਸਾਰੀਆਂ ਗੱਲਾਂ ਪਹਿਲਾਂ ਉਹਨਾਂ ਦੇ ਕੋਲ ਹੋਣ ਤੇ ਫਿਰ ਆਪਣੇ ਪੱਲੇ ਕੀ ਰਹਿ ਗਿਆ ਜੀ ਸਾਡਾ ਇਹ ਵਿਦੇਸ਼ਾਂ ਤੋਂ ਲਿਆ ਕੇ ਫਰਾਂਸ ਦੇ ਵਿੱਚ ਬਹੁਤ ਜ਼ਿਆਦਾ ਰੌਲੀ ਪਈ ਹੋਈ ਹੈ ਯੂਐਸਏ ਤੱਕ ਇਸ ਦੀ ਰੌਲੀ ਪਈ ਹੈ ਪਰ ਹੁਣ ਉਸ ਕੰਪਨੀ ਨੇ ਇੱਕ ਸ਼ੋਸ਼ਾ ਛੱਡ ਦਿੱਤਾ ਹੈ ਜੀ ਅੱਜ ਹੀ ਕਿ ਅਸੀਂ ਹੁਣ ਇਸ ਸੌਫਟਵੇਅਰ ਦੀ ਵਰਤੋਂ ਜਿਹੜੀ ਹੈ ਕੋਸ਼ਿਸ਼ ਸਰਕਾਰੀ ਏਜੰਸੀਆਂ ਦੇ ਕਰਨ ਤੇ ਰੋਕ ਲਾ ਦਿੱਤੀ ਹੈ ਕਿਉਂਕਿ ਸ਼ਿਕਾਇਤਾਂ ਬਹੁਤ ਜ਼ਿਆਦਾ ਆ ਰਹੀਆਂ ਸੀ ਉਹਦੇ ਚ ਭਾਰਤ ਦਾ ਨਾਮ ਆਇਆ ਕਿ ਨਹੀਂ ਭਾਰਤ ਦਾ ਨਾਮ ਵੀ ਹੋਵੇਗਾ ਹੋ ਸਕਦਾ ਇਹਨਾਂ ਦੀਆਂ ਸਰਕਾਰੀ ਏਜੰਸੀਆਂ ਕੁਝ ਹੋਣ ਜੀ ਪਰ ਉਹਨਾਂ ਨੇ ਪਿਛਲੇ ਸਾਲ ਵੀ ਇਸੇ ਤਰ੍ਹਾਂ ਦੀ ਗੱਲ ਕੀਤੀ ਸੀ ਜੇ ਅਸੀਂ ਇੱਕ ਦੋ ਏਜੰਸੀਆਂ ਨੂੰ ਬਲੈਕਲਿਸਟ ਕੀਤਾ ਹੈ ਉਹਨਾਂ ਨੂੰ ਅਸੀਂ ਸੌਫਟਵੇਅਰ ਨਹੀਂ ਦੇਣਾ ਜੀ ਸੌਫਟਵੇਅਰ ਉਹ ਕਿਹਨੂੰ ਦਿੰਦੇ ਨੇ ਤੇ ਇਸ ਤਰ੍ਹਾਂ ਦਾ ਸੌਫਟਵੇਅਰ ਤਿਆਰ ਉਹਨਾਂ ਨੂੰ ਕਰਨ ਦੀ ਇਜਾਜ਼ਤ ਕਿਸ ਨੇ ਦਿੱਤੀ ਹੈ ਜੀ ਕੀ ਇਹ ਐਥੀਕਲ ਹੈ ਜੀ ਜਾਂ ਅਨੈਥੀਕਲ ਹੈ ਜੀ ਇਹ ਗੈਰ ਜ਼ਿੰਮੇਵਾਰਨਾ ਗੱਲ ਹੈ ਕਿ ਜ਼ਿੰਮੇਵਾਰਨਾ ਇਸ ਦਾ ਇਸ ਦੀ ਗਲਤੀ ਜਾਂਚ ਹੋਣੀ ਚਾਹੀਦੀ ਹੈ ਜੀ ਉਹ ਕੰਪਨੀ ਦੀ ਆਪਣੀ ਅੰਦਰੂਨੀ ਜਾਂਚ ਚੱਲ ਰਹੀ ਹੈ ਫਰਾਂਸ ਵਾਲਿਆਂ ਦੀ ਆਪਣੀ ਚੱਲ ਰਹੀ ਹੈ ਤੇ ਭਾਰਤ ਵਾਲੇ ਕਹਿੰਦੇ ਸਾਨੂੰ ਸੌਫਟਵੇਅਰ ਤੇ ਸਾਡੇ ਨਾਲ ਗੱਲ ਨਾ ਕਰੋ ਇਹ ਬਿਲਕੁਲ ਗੈਰ ਜ਼ਰੂਰੀ ਮੁੱਦਾ ਹੈ ਜੀ ਐਮਨੈਸਟੀ ਇੰਟਰਨੈਸ਼ਨਲ ਵਾਲੇ ਵੀ ਕਹਿ ਚੁੱਕੇ ਨੇ ਕਿ ਸਾਡੇ ਵਿਅਕਤੀਆਂ ਦੇ ਫੋਨ ਇਸ ਤਰ੍ਹਾਂ ਉਹਨਾਂ ਦੇ ਵਿੱਚ ਜਿਹੜੇ ਸੌਫਟਵੇਅਰ ਪਾਏ ਗਏ ਨੇ ਸਪਾਈਵੇਅਰ ਪਾਏ ਗਏ ਨੇ ਜੀ ਹੁਣ ਲੋਕਾਂ ਦੇ ਬੁਨਿਆਦੀ ਹੱਕਾਂ ਤੇ ਡਾਕਾ ਦਸਿਆ ਭਾਰਤ ਦੀ ਇੱਕ ਨਿਆਂਪਾਲਿਕਾ ਦੀ ਇੱਕ ਸੰਸਥਾ ਹੈ ਜੀ ਉਹਨਾਂ ਨੇ ਇਸ ਦੀ ਇਸ ਦੀ ਜਾਂਚ ਜਿਹੜੀ ਹੈ ਅਦਾਲਤ ਦੇ ਘੇਰੇ ਦੇ ਵਿੱਚ ਲਿਆਉਣ ਦੀ ਗੱਲ ਕੀਤੀ ਹੈ ਜੀ ਸੁਪਰੀਮ ਕੋਰਟ ਨੇ ਵੀ ਕਹਿੰਦੇ ਹਾਂ ਕਰ ਦਿੱਤੀ ਹੈ ਭਾਰਤ ਦੀ ਨੇ ਇਸ ਦੀ ਜਾਂਚ ਹੋਣੀ ਚਾਹੀਦੀ ਹੈ ਜੀ ਪਰ ਸਰਕਾਰ ਜਿਹੜੀ ਹੈ ਉੱਥੇ ਜੜੀ ਹੋਈ ਹੈ ਹੁਣ ਭਾਰਤੀ ਜਨਤਾ ਪਾਰਟੀ ਤੇ ਉਹਨਾਂ ਦੇ ਸਹਿਯੋਗੀ ਇਹੋ ਕਹਿੰਦੇ ਆ ਜਾ ਰਹੇ ਨੇ ਕਿ ਦੇਖੋ ਇਹ ਸਰਕਾਰ ਦੇ ਕੰਮਾਂ ਦੇ ਵਿੱਚ ਅੜਚਣ ਜਿਹੜੀ ਆ ਪਾਈ ਜਾ ਰਹੀ ਹੈ ਬਹੁਤ ਸਾਰੇ ਉਹਨਾਂ ਨੇ ਕਿਹਾ ਹੋਰ ਬਹੁਤ ਜ਼ਰੂਰੀ ਕੰਮ ਨੇ ਸਾਡੇ ਲੋਕਾਂ ਦੇ ਮੁੱਦੇ ਨੇ ਜਿਹੜੇ ਵਿਚਾਰੇ ਜਾਣੇ ਚਾਹੀਦੇ ਨੇ ਇਹਨੂੰ ਛੱਡ ਦਿਓ ਇਹ ਕੀ ਹੈ ਜੀ ਤੇ ਇਹ ਵੀ ਤੇ ਲੋਕਾਂ ਦਾ ਮੁੱਦਾ ਹੈ ਜੀ ਦੇਸ਼ ਦੇ ਜਿਨ੍ਹਾਂ ਦੀ ਜਸੂਸੀ ਹੋਈ ਹੈ ਉਹ ਦੇਸ਼ ਦੇ ਲੋਕ ਨਹੀਂ ਜੀ ਇਸ ਗੱਲ ਤੋਂ ਸਾਫ਼ ਜਾਹਿਰ ਹੁੰਦਾ ਹੈ ਕਿ ਦਾਲ ਵਿੱਚ ਕੁਝ ਕਾਲਾ ਹੈ ਇਹ ਤੇ ਜ਼ਰੂਰ ਹੈ ਹੁਣ ਦਾਲ ਕਿੰਨੀ ਕੁ ਕਾਲੀ ਹੈ ਇਸ ਗੱਲ ਦਾ ਅੰਦਾਜ਼ਾ ਨਹੀਂ ਪਰ ਜਸੂਸੀ ਮੁੱਦੇ ਤੇ ਕੇਂਦਰ ਸਰਕਾਰ ਬਹਿਸ ਕਰਨ ਵਾਸਤੇ ਤਿਆਰ ਨਹੀਂ ਤੇ ਵਿਰੋਧੀ ਧਿਰਾਂ ਇਸੇ ਤੇ ਬਜਿੱਤ ਨੇ ਪਰ ਹੁਣ ਤਾਜ਼ਾ ਤਾਜ਼ਾ ਖਬਰ ਇਹ ਵੀ ਆਈ ਹੈ ਕਿ ਹੋ ਸਕਦਾ ਹੈ ਕਿ ਸਰਕਾਰ ਬਿੱਲ ਤੇ ਉਹਨਾਂ ਨੇ ਪਾਸ ਹੋ ਗਏ ਨੇ ਉਹਨਾਂ ਦੇ ਕਰਵਾ ਰਹੇ ਨੇ ਉਧਰ ਕਿਸਾਨ ਸਾਂਸਦ ਵੀ ਉਹਨੇ ਦਿਨ ਹੀ ਚੱਲਣੀ ਹੈ ਜਿੰਨੇ ਦਿਨ ਲੋਕ ਸਭਾ ਤੇ ਰਾਜ ਸਭਾ ਦਾ ਮੌਨਸੂਨ ਸੈਸ਼ਨ ਚੱਲ ਰਿਹਾ ਹੈ ਜੀ ਉਹਨਾਂ ਨੇ ਸਰਕਾਰ ਨੇ ਕਹਿੰਦੇ ਨੇ ਕਿ ਵਿਚਾਰ ਅੰਦਰਖਾਤੇ ਬਣਾ ਲਿਆ ਜੀ ਕਿ ਇਹ ਮੌਨਸੂਨ ਜਿਹੜੀ ਹੈ ਇੱਥੇ ਹੀ ਰੋਕ ਦਿਓ ਇਹ ਲੋਕ ਸਭਾ ਤੇ ਰਾਜ ਸਭਾ ਦੀ ਕਾਰਵਾਈ ਨੂੰ ਹੋ ਸਕਦਾ ਹੈ ਕਿ ਉਹ ਠੱਪ ਕਰਕੇ ਇਸ ਨੂੰ ਬਿਲਕੁਲ ਕੈਨਸਲ ਕਰ ਦੇਣ ਹਾਲ ਦੀ ਘੜੀ ਤੇ ਇਸ ਸੈਸ਼ਨ ਨੂੰ ਪੂਰੀ ਤਰ੍ਹਾਂ ਮੁਲਤਵੀ ਕਰ ਦੇਣ ਬਾਕੀ ਰਹਿੰਦੇ ਨੂੰ ਕਿਉਂਕਿ ਉਹਨਾਂ ਦਾ ਕੰਮ ਹੋ ਚੁੱਕਾ ਆਪਣੇ ਬਿੱਲ ਉਹਨਾਂ ਦੇ ਪਾਸ ਹੋ ਚੁੱਕੇ ਨੇ ਤੇ ਕੁਲਦੀਪ ਜੀ ਲੋਕਤੰਤਰ ਦਾ ਘਾਟਾ ਹੋ ਰਿਹਾ ਪਰ ਇਹਦਾ ਜਵਾਬ ਕਦੋਂ ਮਿਲੇਗਾ ਕਦੋਂ ਸਾਰੇ ਇਕੱਠੇ ਹੋ ਕੇ ਕਿੱਥੇ ਜਾ ਸਕਦੇ ਨੇ ਕਿ ਇਸ ਮੁੱਦੇ ਦਾ ਹੱਲ ਮਿਲ ਜਾਵੇ ਇੱਕਠੇ ਹੋ ਕੇ ਸਰਕਾਰ ਕੋਲ ਹੀ ਜਾਣਾ ਸੁਪਰੀਮ ਕੋਰਟ ਇਸ ਦੇ ਵਿੱਚ ਕਿੰਨਾ ਕੋਈ ਦਖਲ ਦੇ ਸਕਦੀ ਹੈ ਜਾਂ ਜਾਂਚ ਕਰ ਸਕਦੀ ਹੈ ਜੀ ਹੁਣ ਮਮਤਾ ਬੇਨਰਜੀ ਨੇ ਤੇ ਆਪਣੀ ਜਾਂਚ ਕਮੇਟੀ ਬਿਠਾ ਲਈ ਹੈ ਜੀ ਉਹਨਾਂ ਕੋਲ ਕਿੰਨਾ ਕੋ ਅਧਿਕਾਰ ਹੈ ਉਹਨਾਂ ਦਾ ਤਾਂ ਇਹ ਕਹਿਣਾ ਸੀ ਕਿ ਦੇਖੋ ਸਾਡੇ ਬੰਗਾਲ ਦੇ ਵੀ ਕੁਝ ਲੋਕ ਨੇ ਜਿਨ੍ਹਾਂ ਦਾ ਨਾਮ ਆਉਂਦਾ ਜਿਨ੍ਹਾਂ ਦੇ ਨਾਮ ਸੂਚੀ ਵਿੱਚ ਪਏ ਹੋ ਸਕਦੇ ਨੇ ਤੇ ਤੁਸੀਂ ਇਹਨਾਂ ਦੀ ਜਾਂਚ ਕਰਵਾਓ ਜੀ ਇਹ ਕਿੱਥੋਂ ਬੰਗਾਲ ਦੇ ਲੋਕਾਂ ਦੀ ਜਿਸੂਸੀ ਹੋਈ ਹੈ ਕਿ ਨਹੀਂ ਹੋਈ ਹੈ ਜੀ ਤੇ ਜਿਸੂਸੀ ਹੁਣ ਉਹ ਜਿਹੜੀ ਜਾਂਚ ਹੋਵੇਗੀ ਜੀ ਉਹ ਜਾਣਕਾਰੀ ਤਾਂ ਕੇਂਦਰ ਤੋਂ ਹੀ ਲੈਣੀ ਪੈਗੀ ਕੇਂਦਰ ਨੂੰ ਦੱਸਣਾ ਪੈਗਾ ਅਲਟੀਮੇਟਲੀ ਤਾਂ ਕੇਂਦਰ ਤੇ ਯੈਸ অর ਨੋ ਕੁਝ ਵੀ ਨਹੀਂ ਆਖ ਰਿਹਾ ਜੀ ਸੋ ਸਰਕਾਰ ਤੇ ਵਿਰੋਧੀ ਤਰ੍ਹਾਂ ਦਬਾਅ ਹੀ ਪਾ ਸਕਦੀਆਂ ਨੇ ਜੇ ਵਿਰੋਧੀ ਤਰ੍ਹਾਂ ਕੁਝ ਮਜ਼ਬੂਤ ਹੋਣ ਜਿਵੇਂ ਕਿ ਪਿਛਲੇ ਸਾਲਾਂ ਦੇ ਵਿੱਚ ਹੁੰਦੀਆਂ ਸੀ ਤੇ ਬਿਹਤਰ ਤਰੀਕੇ ਨਾਲ ਦਬਾਅ ਪਾ ਸਕਦਾ ਹੈ ਅਜੇ ਦਬਾਅ ਪੈਣ ਦੀ ਕੋਈ ਇੰਨੀ ਜ਼ਿਆਦਾ ਸਥਿਤੀ ਨਹੀਂ ਪਰ ਰੋਲਰ ਪਪੁਰਾਜ ਤੇ ਕੁਲਦੀਪ ਜੀ ਗੱਲ ਹੁਣ ਉਹਨਾਂ ਲੋਕਾਂ ਦੀ ਜਿਹੜੇ ਨੀਵੇਂ ਤਬਕੇ ਦੇ ਨੇ 21ਵੀਂ ਸਦੀ 'ਚ ਅਸੀਂ ਕੈਨ ਨੂੰ ਤੋ ਪਹੁੰਚ ਗਏ ਆ ਸੋਚ ਵੀ ਸਾਡੀ ਬਦਲ ਗਈ ਐ ਪਰ ਕੁਝ ਲੋਕਾਂ ਦੇ ਜੀਵਨ ਹਾਲੇ ਵੀ ਉਸੇ ਤਰ੍ਹਾਂ ਦੇ ਨੇ ਤੇ ਇਸ ਮੁੱਦੇ ਤੇ ਗੱਲਬਾਤ ਜਾਰੀ ਰੱਖਦੇ ਹਾਂ ਪਰ ਇਸ ਵੇਲੇ ਬ੍ਰੇਕ ਦਾ ਸੋ ਦਰਸ਼ਕੋ ਵਿਚਾਰ ਚਰਚਾ ਪ੍ਰੋਗਰਾਮ 'ਚ ਫਿਰ ਤੋਂ ਜੁੜਾਂਗੇ ਇਸ ਬ੍ਰੇਕ ਤੋਂ ਬਾਅਦ ਇਕ ਤੋਂ ਬਾਅਦ ਵਿਚਾਰ ਚਰਚਾ ਪ੍ਰੋਗਰਾਮ 'ਚ ਸਵਾਗਤ ਕਰਦੇ ਹਾਂ ਤੇ ਕੁਲਦੀਪ ਜੀ ਬ੍ਰੇਕ ਤੇ ਜਾਣ ਤੋਂ ਪਹਿਲਾਂ ਜਿਸ ਮੁੱਦੇ ਦੀ ਗੱਲ ਸ਼ੁਰੂ ਕੀਤੀ ਸੀ ਸਿਵਰੇਜ ਮੈਨਾਂ ਦੀ ਗੱਲ ਅਖਬਾਰਾਂ 'ਚ ਕਈ ਵਾਰ ਸੁਰਖੀਆਂ ਬਣਦੀਆਂ ਨੇ ਪਰ ਹੁਣ ਇਹੋ ਜਿਹਾ ਕੋਈ ਜ਼ਿਕਰ ਨਹੀਂ ਆ ਰਿਹਾ ਕਿ ਕਿਆ ਹੁਣ ਸਿਵਰੇਜ ਮੈਨਾਂ ਦੀਆਂ ਮੌਤਾਂ ਨਹੀਂ ਹੁੰਦੀਆਂ ਪਰਮਿੰਦਰ ਜੀ ਭਾਰਤ ਵਾਸਤੇ ਇੱਥੇ ਜਿਹੜੀ ਕੁਝ ਸ਼ਰਮ ਦੀਆਂ ਥੋੜੀਆਂ ਗੱਲਾਂ ਨੇ ਜੀ ਕਈਆਂ ਤੋਂ ਤਾਂ ਅਸੀਂ ਛੁਟਕਾਰਾ ਪਾ ਲਿਆ ਜੀ ਪਰ ਬਹੁਤ ਸਾਰੀਆਂ ਜੇ ਬਾਕੀ ਬਚਦੀਆਂ ਨੇ ਜੀ ਦਲਿਤ ਭਾਈਚਾਰੇ ਦੇ ਵਿੱਚੋਂ ਇੱਕ ਖਾਸ ਤਬਕੇ ਨੂੰ ਇਸ ਚੀਜ਼ ਦਾ ਸਦੀਆਂ ਤੋਂ ਨਿਸ਼ਾਨਾ ਬਣਾਇਆ ਗਿਆ ਕਿ ਉਹਨਾਂ ਨੇ ਇਨਸਾਨ ਦੀ ਗੰਦਗੀ ਚੁੱਕਣੀ ਹੈ ਜੀ ਜਿਹੜੀ ਦੂਸਰੇ ਨੇ ਪਾਈ ਹੋਵੇ ਤੇ ਚੁੱਕਣੀ ਕਿਸੇ ਹੋਰ ਨੇ ਆ ਜੀ ਮੈਨੂਅਲਸ ਕੈਵਿੰਜਿੰਗ ਇਸ ਨੂੰ ਵਖਤ ਨੇ ਜੀ ਦਸਤੀ ਸਫਾਈ ਜਿਹੜੀ ਹੱਥਾਂ ਨਾਲ ਹੋਣੀ ਹੈ ਸਿਰ ਤੇ ਮਾਲਾ ਵੀ ਢੋਆ ਜਾਂਦਾ ਸੀ ਜਿਸ ਨੂੰ ਸਿਰ ਦੇ ਉੱਪਰ ਰੱਖ ਕੇ ਲੈ ਕੇ ਜਾਂਦੇ ਸੀ ਜੀ ਇਹ ਲੇਬਰਰ ਕਾਨੂੰਨ ਜਿਹੜਾ ਸੀ ਲੇਬਰ ਇਹੋ ਜੀ ਲੇਬਰ ਨੂੰ ਰੋਕਣ ਲਈ ਪਾਸ ਤੇ ਕੀਤਾ ਗਿਆ ਕੋਈ ਸਮਾਂ ਪਹਿਲਾਂ ਸਰਕਾਰਾਂ ਵੱਲੋਂ ਜੀ ਪਰ ਉਹ ਕੋਈ ਇਨੀ ਸ਼ਕਤੀ ਨਾਲ ਲਾਗੂ ਨਹੀਂ ਹੋ ਸਕਿਆ ਅਜੇ ਵੀ ਮੱਧ ਪ੍ਰਦੇਸ਼ ਉੱਤਰ ਪ੍ਰਦੇਸ਼ ਗੁਜਰਾਤ ਮਹਾਰਾਸ਼ਟਰ ਤੇ ਕੁਝ ਇੱਕ ਥੋੜਾ ਬਹੁਤਾ ਕਿਸੇ ਹੋਰ ਸੂਬਿਆਂ 'ਚ ਜੀ ਇਹ ਪ੍ਰੈਕਟਿਸ ਅਜੇ ਵੀ ਚੱਲ ਰਹੀ ਹੈ ਜੀ ਜਦੋਂ ਇੱਕ ਇਨਸਾਨ ਦੀ ਗੰਦਗੀ ਦੂਸਰਾ ਜਿਹੜਾ ਹੱਥਾਂ ਨਾਲ ਸਾਫ਼ ਕਰਦਾ ਹੈ ਜਾਂ ਉਹ ਇੱਕ ਥਾਂ ਤੇ ਜਮ੍ਹਾਂ ਹੋਈ ਹੋਵੇ ਤੇ ਉਸ ਦੇ ਵਿੱਚ ਵੜ ਕੇ ਸਾਫ਼ ਕਰਦਾ ਹੈ ਜੀ ਹੁਣ ਸੀਵਰੇਜ ਦੁਨੀਆ ਭਰ ਦੇ ਵਿੱਚ ਸੀਵਰੇਜ ਜਿਹੜੇ ਨੇ ਸਾਫ਼ ਕੀਤੇ ਜਾਂਦੇ ਨੇ ਜੀ ਪਰ ਇਹ ਇੱਥੇ ਕੱਲੀ ਸੀਵਰੇਜ ਦੀ ਗੱਲ ਨਹੀਂ ਹੈ ਕਈ ਜਗ੍ਹਾ ਤੇ ਖੁੱਲੇ ਦੇ ਵਿੱਚ ਕਈ ਖੱਡੇ ਬਣਾ ਦਿੱਤੇ ਜਾਂਦੇ ਨੇ ਜਾਂ ਹੋਰ ਕਿਹ ਚੀਜ਼ਾਂ ਹੁੰਦੀਆਂ ਨੇ ਜੀ ਹੁਣ ਮੈਨੂਅਲ ਸਕਵੇਂਜਿੰਗ ਦੇ ਵਿੱਚ ਭਾਰਤ ਸਰਕਾਰ ਨੇ ਜਦੋਂ ਕਾਨੂੰਨ ਬਣਾ ਦਿੱਤਾ ਫਿਰ ਇਸ ਤੇ ਥੋੜੀ ਜਿਹੀ ਰੋਕ ਤਾਂ ਲੱਗੀ ਜੀ ਪਰ ਹੁਣ ਜਦੋਂ ਇੱਕ ਜਗ੍ਹਾ ਤੇ ਉਹ ਗੰਦਗੀ ਇੰਨੇ ਦਿਨ ਲਈ ਬੰਦ ਹੁੰਦੀ ਹੈ ਤੇ ਉਸ ਦੇ ਵਿੱਚ ਜ਼ਹਿਰੀਲੀ ਗੈਸ ਪੈਦਾ ਹੋ ਜਾਂਦੀ ਤੇ ਗੈਸ ਚੜ੍ਹਦੇ ਨਾਲ ਕਈ ਵਾਰੀ ਮਜ਼ਦੂਰਾਂ ਦੀ ਮੌਤ ਹੁੰਦੀ ਹੈ। ਜੀ ਸਾਡੇ ਨਿਆਂ ਮੰਤਰੀ ਜਿਹੜੇ ਨੇ ਆਰਮਦਾਸ ਠਾਵਲੇ ਜੀ ਉਹਨਾਂ ਨੇ ਸਦਨ ਦੇ ਵਿੱਚ ਇਹ ਗੱਲ ਆਖੀ ਹੈ ਕਿ ਪਿਛਲੇ 5 ਸਾਲਾਂ ਦੇ ਵਿੱਚ ਕਿਸੇ ਸੀਵਰੇਜ ਦੇ ਸਫਾਈ ਕਰਮਚਾਰੀ ਦੀ ਮੌਤ ਨਹੀਂ ਹੋਈ। ਜੀ ਇਹ ਅੰਕੜੇ ਉਹਨਾਂ ਨੇ ਦਿੱਤੇ ਨੇ ਕਿ ਕਿਸੇ ਦੀ ਵੀ ਨਹੀਂ ਹੋਈ। ਜੀ ਪਰ ਦੂਸਰੇ ਪਾਸੇ ਜਿਹੜੀਆਂ ਇਹੋ ਜਿਹੇ ਕਮੇ ਨੇ ਯੂਨੀਅਨਾਂ ਨੇ ਜੀ ਤੇ ਉਹ ਜਿਹੜੇ ਇਹੋ ਜਿਹਾ ਕੰਮ ਕਰਦੇ ਨੇ ਜੀ ਉਹਨਾਂ ਨਾਲ ਜੁੜੇ ਹੋਏ ਲੋਕ ਨੇ ਜਾਂ ਸੰਗਠਨ ਨੇ ਜੀ ਉਹ ਕਹਿੰਦੇ ਨੇ ਕਿ ਪਿਛਲੇ ਸਾਲ ਸਰਕਾਰ ਨੇ ਖੁਦ ਮੰਨਿਆ ਸੀ ਕਿ 340 ਵਿਅਕਤੀਆਂ ਦੀ ਮੌਤ ਹੋਈ ਹੈ ਇਸੇ ਤਰ੍ਹਾਂ ਜੀ ਪਰ ਸਾਡੇ ਅੰਕੜੇ ਦੱਸਦੇ ਨੇ ਕਿ 472ਾਂ ਦੀ ਮੌਤ ਹੋਈ ਹੈ ਜੀ ਪਿਛਲੇ ਸਾਲਾਂ ਦੀਆਂ ਅਖਬਾਰਾਂ ਚੁੱਕ ਲਓ ਫੋਲੋ ਤਾਂ ਤੁਹਾਨੂੰ ਪਤਾ ਲੱਗਦਾ ਕਿੰਨੀਆਂ ਮੌਤਾਂ ਹੋਈਆਂ ਨੇ ਜੀ ਇਸ ਸਾਲ ਵੀ ਕਹਿੰਦੇ 2020 'ਚ ਵੀ 26 ਮੌਤਾਂ ਇਹੋ ਜੀਆਂ ਹੋ ਚੁੱਕੀਆਂ ਨੇ ਜੀ ਹੁਣ ਸਰਕਾਰ ਕਹਿੰਦੀ ਹੈ ਨਹੀਂ ਹੋਈਆਂ ਜੀ ਮੌਤਾਂ ਦਾ ਕੀ ਰੌਲਾ ਹੈ ਇੱਕ ਪਾਸੇ ਸਰਕਾਰ ਕਿਸਾਨ ਅੰਦੋਲਨ ਨੂੰ ਵੀ ਕਹਿੰਦੀ ਹੈ ਜੀ ਕਿਸਾਨ ਦੇ ਕੋਲ ਕੋਈ ਹਿਸਾਬ ਨਹੀਂ ਕਿਸਾਨ ਅੰਦੋਲਨ ਵਿੱਚ ਕਿੰਨਿਆਂ ਦੀ ਮੌਤ ਹੋਈ ਹੈ ਕਿਸ ਕਾਰਨ ਹੋਈ ਹੈ ਸਾਨੂੰ ਕੁਝ ਨਹੀਂ ਪਤਾ ਜੀ ਸਾਰਿਆਂ ਨੂੰ ਪਤਾ ਹੈ ਕਿ ਇਹਦੀ ਹੋਈ ਹੈ ਕਿਵੇਂ ਹੋਈ ਹੈ ਕਿੰਨੀ ਹੋਈ ਤੇ ਸਰਕਾਰ ਨੂੰ ਨਹੀਂ ਪਤਾ ਤੇ ਫਿਰ ਪਤਾ ਕਿਸ ਨੂੰ ਆ ਜੀ ਦੂਸਰੇ ਪਾਸੇ ਆ ਜੀ ਕਿ ਦੂਸਰੀ ਲਹਿਰ ਨੇ ਜਿਸ ਤਰ੍ਹਾਂ ਝੰਬਿਆ ਭਾਰਤ ਨੂੰ ਸਰਕਾਰ ਕਹਿੰਦੀ ਹੈ ਕਿ 4 ਲੱਖ ਦੇ ਆਸ-ਪਾਸ ਮੌਤ ਹੋਈ ਹੈ। ਜੀ। ਇੱਕ ਅਮਰੀਕਾ ਦੀ ਇੱਕ ਸੰਸਥਾ ਹੈ। ਉਸ ਦੇ ਖੋਜਕਰਤਾ ਜਿਨ੍ਹਾਂ ਵਿੱਚੋਂ ਇੱਕ ਸਾਬਕਾ ਭਾਰਤ ਦੇ ਆਰਥਿਕ ਸਲਾਹਕਾਰ ਨੇ ਜੀ। ਉਹ ਕਹਿੰਦੇ ਨੇ ਕਿ 48-49 ਲੱਖ ਮੌਤਾਂ ਹੋਈਆਂ ਨੇ ਭਾਰਤ ਵਿੱਚ। ਜੀ। ਸਰਕਾਰ ਨੇ ਇਸ ਗੱਲ ਨੂੰ ਨਕਾਰਿਆ ਤਾਂ ਹੈ ਪਰ ਕੋਈ ਠੋਸ ਜਵਾਬ ਨਹੀਂ ਦੇ ਸਕੇ। ਲਖਣ ਵੀ ਕੁਝ ਹੋਰ ਕਹਿੰਦੇ ਨੇ। ਜੀ। ਜੋ ਦਿਸਦਾ ਅੱਖਾਂ ਸਾਹਮਣੇ ਉਸ ਨੂੰ ਕਿਵੇਂ ਪਰੋਖਿਆ ਕੀਤਾ ਜਾ ਸਕਦਾ? ਜੀ। ਇਹ ਗੰਦਗੀ ਅੱਜ ਵੀ ਪੈ ਰਹੀ ਆ। ਇਨਸਾਨ ਸਾਫ਼ ਵੀ ਕਰ ਰਹੇ ਨਹੀਂ। ਤੇ ਮੌਤਾਂ ਹੋ ਵੀ ਰਹੀਆਂ ਨੇ। ਜੀ। ਔਰ ਜਿਹੜੇ ਮਜ਼ਦੂਰ ਸੰਗਠਨ ਨੇ ਉਹਨਾਂ ਨੇ ਇਸ ਤੇ ਇਤਰਾਜ਼ ਪ੍ਰਗਟ ਕੀਤਾ ਹੈ ਕਿ ਦੇਖੋ ਇਹ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਗੱਲ ਹੈ। ਤੇ ਇੱਕ ਪਾਸੇ ਤਾਂ ਵਿਅਕਤੀ ਗੰਦਗੀ ਸਾਫ਼ ਕਰਦੇ ਹੋਏ ਇਸ ਤਰ੍ਹਾਂ ਮਰ ਰਹੇ ਨੇ ਤੇ ਦੂਸਰੇ ਪਾਸੇ ਉਹਨਾਂ ਦੀ ਗੱਲ ਨੂੰ ਜਿਹੜਾ ਉਹ ਸਰਕਾਰ ਮੰਨ ਨਹੀਂ ਰਹੀ ਤੇ ਉਹਨਾਂ ਉਹਨਾਂ ਦੀ ਮੌਤ ਤੇ ਆਪਣੇ ਨੰਬਰ ਦੱਸ ਕੇ ਕਿਸੇ ਦੀ ਮੌਤ ਨਹੀਂ ਹੋਈ। ਪਰਿਵਾਰਾਂ ਨੂੰ ਤਾਂ ਮਿਲੋ ਜੀ। ਜਿਹੜੇ ਦੇ ਆਪਣੇ ਮਾਰੇ ਗਏ ਨੇ ਉਹ ਫਿਰ ਕਿਵੇਂ ਮਾਰੇ ਗਏ? ਕਿਸ ਸਰਕਾਰ ਕੋਲ ਇਸ ਦਾ ਰਿਕਾਰਡ ਹੈ ਸਵੱਛ ਭਾਰਤ ਦਾ ਨਾਰਾ ਲਾ ਦੇਣਾ ਜਿਵੇਂ ਤੁਸੀਂ ਕਿਹਾ ਸੀ ਕਿ 21ਵੀਂ ਸਦੀ 'ਚ ਪਹੁੰਚ ਗਏ ਆ ਜੀ ਪਹੁੰਚਣਾ ਕੀ ਹੈ 21ਵੀਂ ਸਦੀ ਕੋਈ ਕੋਈ ਅਸਮਾਨ ਤੇ ਕੋਈ ਜਾਣ ਵਾਲੀ ਹੈ ਤੇ ਉੱਥੇ ਹੀ ਹੈ ਨਾ ਜੀ ਨੰਬਰਾਂ ਦੀ ਖੇਡ ਬਦਲੀ ਹੈ ਜੀ ਅਸਲੀਅਤ ਵਿੱਚ ਕੀ ਬਦਲਿਆ ਅਸੀਂ ਤੇ ਉਹ ਦੇਖਣਾ ਜੀ ਸਵੱਛ ਭਾਰਤ ਦਾ ਨਾਰਾ ਕਿੰਨਾ ਕੁ ਕਾਮਯਾਬ ਹੋਵੇਗਾ ਜੀ ਜਿਸ ਦੇਸ਼ ਦੇ ਆਗੂਆਂ ਨੂੰ ਜਿਸ ਦੇਸ਼ ਦੇ ਲੀਡਰਾਂ ਨੂੰ ਸਥਾਨਕ ਆਗੂਆਂ ਨੂੰ ਜਾਂ ਕਿਸੇ ਨੂੰ ਵੀ ਇਹ ਸਮਝ ਨਹੀਂ ਕਿ ਦਰਖਤਾਂ ਤੋਂ ਡਿਗੇ ਪੱਤੇ ਗੰਦਗੀ ਨਹੀਂ ਹੁੰਦੀ ਜੀ ਜਿਹੜੀ ਚੀਜ਼ ਧਰਤੀ ਦੇ ਵਿੱਚੋਂ ਪੈਦਾ ਹੋਈ ਉਸਨੇ ਸਮਝ ਆਣਾ ਜੀ ਗੰਦਗੀ ਤੇ ਉਹ ਆ ਜਿਹੜੀ ਇਨਸਾਨ ਆਪਣੇ ਤੌਰ ਤੇ ਫਲਾਉਂਦਾ ਜੀ ਜਿਸ ਵਿੱਚ ਪਲਾਸਟਿਕ ਆ ਤੇ ਹੋਰ ਕਿ ਕਿਸਮ ਦੇ ਰੈਪਰ ਨੇ ਤੇ ਪਾਣੀ ਦੂਸ਼ਿਤ ਕਰਦੇ ਜਾ ਰਹੇ ਕੈਮੀਕਲ ਮਣਾਉਂਦੇ ਜਾ ਰਹੇ ਆ ਜੀ ਗੰਦਗੀ ਤੇ ਉਹ ਆ ਜੀ ਉਸ ਵੱਲ ਸਾਡਾ ਧਿਆਨ ਕੋਈ ਨਹੀਂ ਸਾਡੇ ਆਗੂ ਪਹਿਲਾਂ ਪੱਤੇ ਉਹਨਾਂ ਦੇ ਆਉਣ ਤੋਂ ਪਹਿਲਾਂ ਖਿਲਾਰ ਦਿੱਤੇ ਜਾਂਦੇ ਨੇ ਤੇ ਫੇਰ ਉਹ ਝਾੜੂ ਮਾਰ ਕੇ ਤੇ ਇੱਧਰ ਕਰ ਦਿੰਦੇ ਨੇ ਤੇ ਉੱਧਰ ਕਰ ਦਿੰਦੇ ਨੇ ਫੋਟਮਰਕ ਚਾ ਕੇ ਤੇ ਘਰ ਨੂੰ ਜਾਂਦੇ ਨੇ ਘਰ ਨੂੰ ਜਾਂਦੇ ਨੇ ਪੱਤਿਆਂ ਦੀ ਕਾਦੀ ਗੰਦਗੀ ਹੁੰਦੀ ਆ ਜੀ ਦਰਖਤਾਂ ਦੇ ਵਿੱਚੋਂ ਜੋ ਧਰਤੀ ਦੇ ਵਿੱਚੋਂ ਉਪਜਦਾ ਹਿੱਸੇ ਵਿੱਚ ਬਿੰਸ ਜਾਂਦਾ ਹੈ ਜੀ ਇਸ ਵਿੱਚ ਕੋਈ ਸ਼ੱਕ ਨਹੀਂ ਜੀ ਪਰ ਅਸੀਂ ਕੁਝ ਇਹੋ ਜਿਹੀਆਂ ਚੀਜ਼ਾਂ ਇਨਸਾਨ ਨੇ ਸਮਾਂ ਪਾ ਕੇ ਪੈਦਾ ਕਰ ਲਈਆਂ ਜਿਸ ਨੂੰ ਧਰਤੀ ਵੀ ਨਕਾਰਦੀ ਹੈ ਸਮੁੰਦਰ ਵੀ ਨਕਾਰਦਾ ਹੈ ਹਵਾ ਵੀ ਨਕਾਰਦੀ ਹੈ ਤੇ ਪਾਣੀ ਵੀ ਨਕਾਰਦਾ ਜੀ ਹੁਣ ਇਹ ਚੀਜ਼ਾਂ ਸਾਰੀਆਂ ਗੱਲਾਂ ਜਿਹੜੀਆਂ ਨੇ ਅਸੀਂ ਆਪਣੇ ਸਿਸਟਮ ਨੂੰ ਇੰਨਾ ਡਵੈਲਪ ਨਹੀਂ ਕਰ ਸਕੇ ਹਾਂ ਜਿਹੜਾ ਓਪਨ ਦੇ ਵਿੱਚ ਸ਼ਰੀਆਮ ਜਿਹਨੂੰ ਖੁੱਲੇ ਦੇ ਵਿੱਚ ਸ਼ੌਚ ਕਹਿੰਦੇ ਨੇ ਹਿੰਦੀ ਵਿੱਚ ਜੀ ਉਸ ਕੰਮ ਦੇ ਵਿੱਚ ਥੋੜੀ ਜਿਹੀ ਕਮੀ ਆਈ ਹੈ ਪਰ ਅਜੇ ਬਹੁਤ ਦਲੀ ਦੂਰ ਹੈ ਜੀ ਅਜੇ ਇਸ ਕੰਮ ਦੇ ਵਿੱਚ ਕਾਮਯਾਬੀ ਨਹੀਂ ਕਹਿ ਸਕਦੇ ਥੋੜੇ ਜਿਹੇ ਅੰਕੜੇ ਸੁਧਰੇ ਨੇ ਜੀ ਪਰ ਜ਼ੀਰੋ ਮੌਤ ਵਾਲੀ ਗੱਲ ਸਰਕਾਰ ਨੇ ਕਰਕੇ ਗੈਰ ਜ਼ਿੰਮੇਵਾਰਾ ਨਾ ਰਵਈਏ ਦਾ ਸਬੂਤ ਦਿੱਤਾ ਤੇ ਕੁਲਦੀਪ ਜੀ ਇਸ ਮੁੱਦੇ ਤੇ ਆਪਾਂ ਗੱਲ ਕਰ ਲਈ ਜਿਹੜਾ ਬਿਲਕੁਲ ਨੀਚੇ ਦਾ ਤਬਕਾ ਸੀ ਤੇ ਹੁਣ ਇੱਕ ਉੱਚ ਅਹੁਦੇ ਤੇ ਬੈਠੇ ਜੱਜ ਦੀ ਹੱਤਿਆ ਹੋ ਜਾਣੀ ਸ਼ਰੀਆਮ ਉਹ ਵੀ ਐਕਸੀਡੈਂਟ ਦੇ ਨਾਤੇ ਉਹਦਾ ਮਾਮਲਾ ਦਰਜ ਕਰਨਾ ਤੇ ਹੇ ਹੁਣ ਇਸ ਮਾਮਲੇ ਚ ਨਵੇਂ-ਨਵੇਂ ਰੋਜ਼ ਖੁਲਾਸੇ ਹੋ ਰਹੇ ਨੇ ਤੇ ਹੁਣ ਸਨਸਨੀਖੇਜ਼ ਖੁਲਾਸਾ ਕਿਹੜਾ ਹੋਇਆ ਪਰਮਿੰਦਰ ਜੀ ਇੱਕ ਬੁਨਿਆਦੀ ਫਰਕ ਜਿਹੜਾ ਹੈ ਵਿਕਸਿਤ ਮੁਲਕਾਂ ਦੇ ਵਿੱਚ ਤੇ ਸਾਡੇ ਇਸ ਵਿਕਾਸਸ਼ੀਲ ਮੁਲਕ ਦੇ ਵਿੱਚ ਜੀ ਜਿਵੇਂ ਤੁਸੀਂ ਲਫ਼ਜ਼ ਵਰਤਿਆ ਨੀਵਾਂ-ਉੱਪਰ ਜੀ ਤੇ ਇੱਕ ਹਾਈ ਕਲਾਸ ਜੱਜ ਜੀ ਹੁਣ ਕਲਾਸ ਸਿਸਟਮ ਤਾਂ ਇੱਥੇ ਬਣਿਆ ਹੋਇਆ ਜੀ ਇੱਥੇ ਉਹ 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 ਜਿਹੜੇ ਮੁਲਕ ਤਰੱਕੀ ਕਰ ਚੁੱਕੇ ਨੇ ਉਹਨਾਂ ਵਾਂਗ ਨਹੀਂ ਜੀ ਸਭ ਨੂੰ ਇੱਕ ਨਜ਼ਰ ਆਲਾ ਤੇ ਕੰਮ ਹੈ ਨਹੀਂ ਥੋੜਾ ਬਹੁਤਾ ਫਰਕ ਤੇ ਹਰ ਜਗ੍ਹਾ ਹੁੰਦਾ ਹੈ ਜੀ ਪਰ ਕਲਾਸ ਸਿਸਟਮ ਇੱਥੇ ਚੰਗੀ ਤਰ੍ਹਾਂ ਪ੍ਰਵੇਲ ਕਰਦਾ ਹੈ ਜੀ ਮੈਂ ਕੁਝ ਉਦਾਹਰਨਾਂ ਇੱਕ ਦੋ ਦੇਣੀਆਂ ਚਾਹਾਂਗਾ ਕੋਈ ਸਮਾਂ ਪਹਿਲਾਂ ਸਾਡੇ ਕੋਈ ਜਾਗੂ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਉਹਨਾਂ ਨੇ ਜਦੋਂ ਨਵੇਂ-ਨਵੇਂ ਆਏ ਨੇ ਮੁੱਖ ਮੰਤਰੀ ਬਣੇ ਨੇ ਜੀ ਉਹ ਐਲਾਨ ਕਰਦੇ ਸੀ ਕਿ ਮੈਂ ਸਿਕਿਉਰਟੀ ਨਹੀਂ ਰੱਖਣੀ ਆ ਨਹੀਂ ਰੱਖਣਾ ਉਹਨੇ ਰੱਖਣਾ ਤੇ ਜਿਹੜਾ ਉੱਠਦਾ ਸੀ ਇੱਕ ਦੋ ਵਾਰੀ ਤੇ ਉਹਨਾਂ ਦੇ ਕੋਈ ਸਿਆਹੀ ਛਿੜ ਦਿੰਦਾ ਸੀ ਕੋਈ ਮੂੰਹ ਤੇ ਚਪੇੜ ਮਾਰ ਦਿੰਦਾ ਸੀ ਜੀ ਕਈਆਂ ਨੇ ਇਸ ਤਰ੍ਹਾਂ ਹੋਇਆ ਫਿਰ ਜੁਤੀਸ਼ੇਤਨ ਵਾਲੀ ਘਟਨਾ ਚੱਲ ਪਈ ਜੀ ਹੁਣ ਗੱਲ ਇੱਕ ਹੈ ਕਿ ਕੀ ਇਸੇ ਹੁਣ ਸ਼ਾਇਦ ਉਹਨਾਂ ਨੇ ਵੀ ਗਾਰਡ ਰੱਖੇ ਨੇ ਕੀ ਇਸੇ ਤਰ੍ਹਾਂ ਦਾ ਸਿਸਟਮ ਸਾਨੂੰ ਚਾਹੀਦਾ ਤਾਂ ਫੇਰ ਹੀ ਬੰਦੇ ਬਣਾਗੇ ਅਸੀਂ ਜੀ ਜੱਜ ਸਾਹਿਬ ਜਿਹੜੇ ਨੇ ਚਾਰਖੰਡ ਦੇ ਧੰਨਵਾਦ ਸ਼ਹਿਰ ਦੇ ਵਿੱਚ ਸਵੇਰ ਦੇ 5:08 ਤੇ ਉਹਨਾਂ ਨੂੰ ਇੱਕ ਆਟੋ ਜਿਹੜਾ ਹੈ ਟੱਕਰ ਮਾਰਦਾ ਜੱਜ ਸਾਹਿਬ ਜਿਹੜੇ ਨੇ ਜਿਨ੍ਹਾਂ ਨੇ ਆਪਣੇ ਪਿਛਲੇ 1-2 ਮਹੀਨਿਆਂ ਦੇ ਵਿੱਚ ਕਈ ਜਜਮੈਂਟ ਦਿੱਤੀਆਂ ਜਿਨ੍ਹਾਂ ਵਿੱਚ ਕਈ ਖਾਸ ਮੁਜਰਮ ਕ੍ਰਿਮੀਨਲ ਜੋ ਇੱਕ ਖਾਸ ਐਮ.ਐਲ.ਏ ਦੇ ਨਾਲ ਜੁੜੇ ਹੋਏ ਨੇ ਜੀ ਉਹਨਾਂ ਦੀ ਜ਼ਮਾਨਤਾ ਰੱਦ ਕਰਨ ਦਾ ਕੇਸ ਵੀ ਸੀ ਜੀ ਇੱਕ ਲਾਟਰੀ ਫਰਾਡ ਦਾ ਕੇਸ ਹੈ ਜੀ ਉਸ ਵਿੱਚ ਜਨਸੀ ਸ਼ੋਸ਼ਣ ਦਾ ਕੇਸ ਹੈ ਕੇਸ ਹੈ ਜੀ ਇੰਨੇ ਕੇਸ ਉਹਨਾਂ ਨੇ ਸੁਣਵਾਈ ਕੀਤੀ ਹੈ ਤੇ ਜ਼ਮਾਨਤਾਂ ਰੱਦ ਕੀਤੀਆਂ ਨੇ ਹਾਈ ਪ੍ਰੋਫਾਈਲ ਲੋਕਾਂ ਦੀਆਂ ਜੀ ਗੁੰਡਿਆਂ ਦੀਆਂ ਜੀ ਤੇ ਉਹ 5:08 ਤੇ ਇੱਕ ਆਟੋ ਆਉਂਦਾ ਹੈ ਤੇ ਉਹਨਾਂ ਨੂੰ ਟੱਕਰ ਮਾਰਦਾ ਹੈ ਜੀ ਤੇ ਉਹ ਡਿੱਗ ਪੈਂਦੇ ਨੇ ਤੇ ਇੱਕ ਘੰਟੇ ਤੱਕ ਉਹਨਾਂ ਨੂੰ ਕੋਈ ਹਸਪਤਾਲ ਨਹੀਂ ਪਹੁੰਚਾਉਂਦਾ ਜੀ ਉਹਨਾਂ ਨੂੰ 1 ਘੰਟੇ ਬਾਅਦ ਹਸਪਤਾਲ ਪਹੁੰਚਾਇਆ ਗਿਆ ਉਹ ਵੀ ਕਿਸੇ ਰਾਹਗੀਰ ਨੇ ਚੁੱਕ ਕੇ ਜੀ ਤੇ 7 ਵਜੇ ਫਿਰ ਪਰਿਵਾਰ ਨੂੰ ਖਬਰ ਹੁੰਦੀ ਹੈ ਖਬਰ ਨਹੀਂ ਹੁੰਦੀ ਹਸਪਤਾਲ ਵਾਲੇ ਕਹਿੰਦੇ ਨੇ ਕਿ ਸਾਨੂੰ ਇਹਨਾਂ ਦੀ ਪਛਾਣ ਨਹੀਂ ਇਹ ਉਹਨਾਂ ਨੂੰ ਇਹਨਾਂ ਤਾਂ ਉਹ ਤੇ ਉਹਨਾਂ ਨੂੰ ਕਹਿ ਦਿੰਦੇ ਨੇ ਕਿ ਮੌਤ ਹੋ ਚੁੱਕੀ ਹੈ ਇਸ ਵਿਅਕਤੀ ਦੀ ਜੀ ਉਹਨਾਂ ਨੂੰ ਇਹ ਨਹੀਂ ਪਤਾ ਕਿ ਮੈਜਿਸਟ੍ਰੇਟ ਹੈ ਜੱਜ ਹੈ ਜੀ ਕਰਦਿਆਂ ਨੂੰ ਪਤਾ ਲੱਗਦਾ ਹੈ ਜਾਂ ਉਹਨਾਂ ਨੂੰ ਲੱਗਦਾ ਕਿ ਸਾਡਾ ਵਿਅਕਤੀ ਕਿੱਥੇ ਗਿਆ ਸੈਰ ਕਰਨ ਗਿਆ ਸੀ ਉਹ ਜੋਗਿੰਗ ਕਰ ਰਹੇ ਨੇ ਸੈਰ ਨਹੀਂ ਸੀ ਕਰਦੇ ਜੋਗਿੰਗ ਕਰ ਰਹੇ ਸੀ ਜੀ ਉਹ ਲੱਭਦੇ ਨੇ ਤੇ 7 ਵਜੇ ਉਹ ਰਿਪੋਰਟ ਦਰਜ ਕਰਾਉਂਦੇ ਨੇ ਤੇ ਫਿਰ ਪਤਾ ਲੱਗਦਾ ਜੀ ਹੁਣ ਇਸ ਤਰ੍ਹਾਂ ਇੱਕ ਜੱਜ ਲੈਵਲ ਦਾ ਬੰਦਾ ਜੀ ਜੇ ਤਾਂ ਉਹ ਫਿਰ ਉਹ ਵਾਕਿਆ ਜਿਹੜੇ ਬਾਕੀ ਜੱਜ ਨੇ ਫਿਰ ਉਹਨਾਂ ਵਾਂਗ ਹੋਵੇ ਕਿ ਪੰਜ-ਛੇ ਗਾਰਡ ਰੱਖੇ ਹੋਣ ਜੀ ਇੱਕ ਗੱਡੀ ਅੱਗੇ ਚੱਲਦੀ ਹੋਵੇ ਸਾਹਬ ਦੇ ਤੇ ਇੱਕ ਚੱਲਦੀ ਹੋਵੇ ਪਿੱਛੇ ਤੇ ਵਿਚਕਾਰ ਸਾਹਿਬ ਜੀ ਕਰਨ ਜੋਗਿੰਗ ਜੀ ਤੇ ਫਿਰ ਦੇਖਦੇ ਕੌਣ ਮਾਈ ਦਾ ਲਾਲ ਹੱਥ ਪਾਉਂਦਾ ਜੀ ਕੀ ਸਾਨੂੰ ਇਹੋ ਜਿਹਾ ਸਿਸਟਮ ਚਾਹੀਦਾ ਹੈ ਅਸੀਂ ਸਾਡਾ ਸੋਚਣਾ ਤਾਂ ਬਣਦਾ ਹੈ ਨਾ ਜੀ ਬਿਲਕੁਲ ਕਿ ਅਸੀਂ ਉਹ ਜਿਹੜੇ ਇਸ ਲੈਵਲ ਦੇ ਲੋਕ ਨੇ ਅਸੀਂ ਉਹਨਾਂ ਨੂੰ ਪ੍ਰੋਟੈਕਟ ਕਿਵੇਂ ਕਰਨਾ ਹੈ ਜੀ ਹੁਣ ਆਮ ਲੋਕਾਂ ਦਾ ਸਵਾਲ ਹੁੰਦਾ ਹੈ ਕਿ ਆਹ ਲੀਡਰਾਂ ਨੇ ਕਿਉਂ ਰੱਖੇ ਨੇ ਅੰਗ ਰੱਖੇ ਕਿ ਜਾਂ ਹੋਰ ਠੀਕ ਹੈ ਬਾਦੂ ਵੀ ਕੰਮ ਬਹੁਤ ਚੱਲਦਾ ਹੈ ਡਰਾਮੇ ਵਾਝੇ ਬਹੁਤ ਚੱਲਦੀਆਂ ਨੇ ਪਰ ਕਿਸੇ ਹੱਦ ਤੱਕ ਹੁਣ ਜਿਵੇਂ ਸੁਪਰੀਮ ਕੋਰਟ ਨੇ ਵੀ ਇਸ ਗੱਲ ਪ੍ਰਤੀ ਚਿੰਤਾ ਦਾ ਪ੍ਰਗਟਾਵਾ ਕੀਤਾ ਕਿ ਇਹ ਕੀ ਹੋਇਆ ਜੀ ਜਿਹੜੇ ਨਿਆਂ ਪਾਲਕਾਂ ਨਾਲ ਜੁੜੇ ਹੋਏ ਲੋਕ ਨੇ ਵਕੀਲ ਨੇ ਹੋਰ ਨੇ ਜਿਨ੍ਹਾਂ ਨੇ ਫੈਸਲੇ ਸੁਣਾਉਣੇ ਨੇ ਜੇ ਉਹ ਭੈ ਮੁਕਤ ਨਾ ਹੋਣਗੇ ਜੀ ਡਰ ਤੋਂ ਨਾ ਮੁਕਤ ਹੋਣਗੇ ਤਾਂ ਫਿਰ ਫੈਸਲਾ ਕਿਵੇਂ ਸਹੀ ਸੁਣਾਉਣਗੇ ਜੀ ਹੁਣ ਯਾਦ ਕਰੋ ਉਸ ਜੱਜ ਨੂੰ ਸਾਰਿਆਂ ਨੇ ਉਸ ਦੀਆਂ ਫੋਟੋਆਂ ਤੇ ਲਾਈਆਂ ਜੀ ਜਿਸ ਨੇ ਸੱਚੇ ਸੌਦੇ ਵਾਲੇ ਸੌਦਾ ਸਾਧ ਨੂੰ ਸਜ਼ਾ ਸੁਣਾਈ ਹੈ ਜੀ ਯਾਦ ਤੇ ਕੀਤਾ ਤੇ ਜੱਜ ਨੇ ਬੇਖੌਫ ਹੋ ਕੇ ਸਜ਼ਾ ਸੁਣਾਈ ਹੈ ਨਾ ਜੀ ਤੇ ਜੇ ਉਸ ਦੇ ਕੋਈ ਪ੍ਰੈਸ਼ਰ ਹੋਵੇ ਜਾ ਇਸ ਤਰ੍ਹਾਂ ਦਾ ਭੈ ਹੋਵੇ ਕਿ ਰਾਹ ਜਾਂਦਾ ਆਟੋ ਦਾ ਟੱਕਰ ਮਾਰ ਦੇਵੇਗਾ ਕੋਈ ਕਿਸੇ ਨੂੰ ਫਿਰ ਕਿੰਨੇ ਦੀ ਗੱਲ ਹੋਈ ਇਹ 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 ਫੇਲਿਅਰ ਹੈ ਔਰ ਇੱਕ ਸੀਸੀਟੀਵੀ ਦੀ ਸਰਵੇਲੈਂਸ ਇਹ ਇੱਕ ਚੰਗੀ ਚੀਜ਼ ਮੈਂ ਕਹਿ ਸਕਦਾ ਇਸ ਦੇ ਵਿੱਚੋਂ ਕਿ ਇੱਕ ਇੱਕ ਸਰਵੇਲੈਂਸ ਕੈਮਰੇ ਨੇ ਜਿਹੜਾ ਉਹਨੂੰ ਫੜਿਆ ਔਰ ਨਹੀਂ ਤੇ ਆਈ ਚਲਾਈ ਹੋ ਜਾਣੀ ਸੀ ਇਹੋ ਔਰ ਇਸ ਦੀ ਜਾਂਚ ਹੁਣ ਚੱਲ ਰਹੀ ਹੈ ਪਰ ਸਾਨੂੰ ਵੱਡੇ ਪੱਧਰ ਤੇ ਥੋੜਾ ਜਿਹਾ ਸੋਚਣਾ ਪੈਗਾ ਇਹ ਫਿਲਮਾਂ ਨਹੀਂ ਜਿੱਥੇ ਜ਼ਿੰਦਗੀ ਹੈ ਇਹ ਅਸਲੀ ਜ਼ਿੰਦਗੀ ਹੈ ਜਿਹੜੀ ਨਿਆ ਪਾਲਕਾ ਤੇ ਇੰਨਾ ਪ੍ਰੈਸ਼ਰ ਹੈ ਪਹਿਲਾਂ ਤੋਂ ਬੋਝ ਹੈ ਇਲਜਾਮ ਵੀ ਲੱਗਦੇ ਰਹਿੰਨੇ ਕਿ ਜੱਜ ਜਾਂ ਹੋਰ ਕੀ ਚੀਜ਼ਾਂ ਤੇ ਜਾਂ ਦਵਾਹੇ ਠਾਜ ਜਾਂਦੇ ਨੇ ਜੀ ਸਾਰੇ ਨਹੀਂ ਕੁਝ ਹੰਦੇ ਵਿੱਚ ਬਹੁਤ ਚੰਗੇ ਵਿਅਕਤੀ ਵੀ ਹੁੰਦੇ ਨੇ ਸਾਨੂੰ ਇਹੋ ਜਿਹੇ ਲੋਕਾਂ ਨੂੰ ਪ੍ਰੋਟੈਕਟ ਕਰਨ ਦੀ ਲੋੜ ਹੈ ਜੀ ਤੇ ਕੁਲਦੀਪ ਜੀ ਅਗਲੇ ਮੁੱਦੇ ਤੇ ਆਪਾਂ ਗੱਲਬਾਤ ਕਰਾਂਗੇ ਪਰੇਸਪ੍ਰੇਕ ਤੋਂ ਬਾਅਦ ਬ੍ਰੇਕ ਤੋਂ ਬਾਅਦ ਵੀ ਚਾਰ ਚਰਚਾ ਪ੍ਰੋਗਰਾਮ ਦੇ ਆਖਰੀ ਹਿੱਸੇ 'ਚ ਸਵਾਗਤ ਕਰਦੇ ਹਾਂ ਤੇ ਕੁਲਦੀਪ ਜੀ ਗੱਲ ਹੁਣ ਇੰਡੀਅਨ ਆਇਲ ਦੀ ਕਰਦੇ ਆਂ ਉੱਥੇ ਪਹਿਲਾਂ ਰੌਲਾ ਪਿਆ ਕਿ ਤੇ ਆਇਲ ਫ੍ਰੀ ਦੇ ਰਹੇ ਨੇ ਕਿ ਜਾਂ ਕੋਈ ਹੋਰ ਗੱਲਬਾਤ ਹੈ ਜਿਹੜੀਆਂ ਗੱਲਾਂ ਅਸੀਂ ਪਹਿਲਾਂ ਦੋ ਕੀਤੀਆਂ ਨੇ ਨਾ ਪਰਮਿੰਦਰ ਜੀ ਪ੍ਰੋਗਰਾਮ ਦੇ ਪਹਿਲੇ ਹਿੱਸੇ 'ਚ ਜੀ ਉਹ ਸੀਬ੍ਰੇਜ ਦੇ ਸਫਾਈ ਕਰਮਚਾਰੀਆਂ ਦਾ ਜੈ ਸਾਹਿਬ ਦੀ ਮੌਤ ਦਾ ਜੀ ਇਹ ਤੁਸੀਂ ਉੱਚੇ ਨੀਵੇਂ ਥਪਕਿਆਂ ਦੀ ਗੱਲ ਕੀਤੀ ਸੀ ਜੀ ਕਾਸਟ ਸਿਸਟਮ ਕਿਵੇਂ ਸਾਡੇ ਮੁਲਕ ਨੂੰ ਅਜੇ ਵੀ ਫੜ ਕੇ ਰੱਖਦਾ ਜਕੜ ਕੇ ਰੱਖਦਾ ਜੀ ਇਸ ਗੱਲ ਦਾ ਅੰਦਾਜ਼ਾ ਇੰਡੀਅਨ ਆਇਲ ਕਾਰਪੋਰੇਸ਼ਨ ਦੇ ਇਹ ਜਾਰਾਸ਼ਥਾਨ ਸਥਿਤ ਇਕਾਈਆਂ ਦੇ ਵਿੱਚੋਂ ਕੁਝ ਆਵਾਜ਼ ਉੱਠੀ ਆ ਉਥੇ ਬਹੁਤ ਸਾਰੇ ਮੁਲਾਜ਼ਮ ਹੜਤਾਲ ਨੇ ਜੀ ਹੜਤਾਲ ਤੇ ਬਹਿ ਗਏ ਨੇ ਕਈ ਦਿਨਾਂ ਤੋਂ ਬੈਠੇ ਹੋਏ ਨੇ ਜੀ ਉਹ ਇਹ ਕਹਿ ਰਹੇ ਨੇ ਕਿ ਸਾਡੇ ਨਾਲ ਇੱਥੇ ਇੰਡੀਅਨ ਆਇਲ ਕਾਰਪੋਰੇਸ਼ਨ ਦੇ ਵਿੱਚ ਇੱਥੇ ਜਾਤ ਪਾਤ ਦੇ ਹਿਸਾਬ ਨਾਲ ਵਿਤਕਰਾ ਹੋ ਰਿਹਾ ਜੀ ਹੁਣ ਗੱਲ ਸੱਚੀ ਹੈ ਜਾਂ ਨਹੀਂ ਪਰ ਜਾਂਚ ਨਹੀਂ ਅਜੇ ਚੱਲ ਰਹੀ ਜੀ ਇਹ ਨਹੀਂ ਨਾਲ ਬਣੋ ਹਾਲਾਂਕਿ ਇਸ ਨੂੰ ਨਕਾਰਿਆ ਗਿਆ ਕੱਲ ਨੂੰ ਕਿਸ ਤਰ੍ਹਾਂ ਦਾ ਸਾਡੇ ਕੰਮ ਨਹੀਂ ਹੁੰਦਾ ਜੀ ਪਰ ਇਸ ਤਰ੍ਹਾਂ ਦੀਆਂ ਗੱਲਾਂ ਪ੍ਰਵੇਲ ਕਰਦੀਆਂ ਨੇ ਹੁਣ ਦੂਜੇ ਪਾਸੇ ਸਾਡੇ ਕੇ ਵੀ ਸੋਚ ਰਹੇ ਹੋਣਗੇ ਇਹਨਾਂ ਕਾਨੂੰਨਾਂ ਨੂੰ ਕਿਵਾਰੀ ਗਲਤ ਤਰੀਕੇ ਨਾਲ ਵੀ ਵਰਤਿਆ ਜਾਂਦਾ ਜੀ ਉਹ ਗੱਲਾਂ ਵੀ ਹੋਣ ਗਿਆ ਜੀ ਪਰ ਇਹ ਸਰਕਾਰ ਨੂੰ ਕੁਝ ਇਸ ਤਰ੍ਹਾਂ ਦਾ ਕਰਨਾ ਪਏਗਾ ਕਿ ਸੁਸਾਇਟੀ ਜਿਹੜੀ ਹੈ ਇਕਨੋਮਿਕਲੀ ਘਟੋੜ ਜ਼ਰੂਰ ਬਰਾਬਰ ਹੋਣ ਜੀ ਤੇ ਫੇਰ ਇਹ ਜਿਹੜਾ ਫਰਕ ਹੈ ਫੇਰ ਮਿਟੇਗਾ ਪਰ ਅਜੇ ਇਹ ਫਰਕ ਮਿਟਦਾ ਜਾਪਦਾ ਨਹੀਂ ਇਹ ਪਹਿਲੀਆਂ ਦੋ ਗੱਲਾਂ ਨਾਲ ਜੁੜੀ ਹੋਈ ਗੱਲ ਸੀ ਜੀ ਤੇ ਕੁਲਦੀਪ ਜੀ ਗੱਲ ਤੁਸੀਂ ਜਾਤੀਵਾਦੀ ਕੀਤੀ ਹੈ ਕਿ ਮਿਟ ਮਟਾਉਣ ਦੀ ਕੋਸ਼ਿਸ਼ ਕਰੇ ਸਰਕਾਰ ਪਰ ਮੈਨੂੰ ਲੱਗਦਾ ਹੈ ਸਰਕਾਰ ਆਪ ਹੀ ਚੋਣਾ ਜਾਤੀਵਾਦ ਦੇ ਮੁੱਦੇ ਤੇ ਲੜਦੀ ਹੈ ਬਿਲਕੁਲ ਜਾਤੀਵਾਦ ਦੇ ਮੁੱਦੇ ਤੇ ਲੜਦੀ ਹੈ ਧਰਮ ਦੇ ਨਾਂ ਤੇ ਲੜਦੀ ਹੈ ਔਰ ਸਭ ਕੁਝ ਦੇ ਨਾਂ ਤੇ ਹੈ ਰੋਜ਼ਗਾਰ ਦੇ ਨਾਂ ਤੇ ਹੈ ਬਸ ਜਿਵੇਂ ਗਰੀਬੀ ਹਟਾਓ ਦਾ ਨਾਅਰਾ ਭਾਰਤ ਵਿੱਚ ਕਦੇ ਦਿੱਤਾ ਗਿਆ ਸੀ ਕਦੇ ਕਿਸੇ ਚੀਜ਼ ਦਾ ਦੇ ਦਿੱਤਾ ਕਿ ਇਹ ਚੋਣਾ ਦੇ ਮੁੱਦੇ ਇਸੇ ਤਰ੍ਹਾਂ ਹੀ ਨੇ ਔਰ ਇਹ ਭਾਰਤ ਵਿੱਚ ਨਹੀਂ ਹੋਰ ਕਈ ਮੁਲਕਾਂ ਵਿੱਚ ਵੀ ਇਸੇ ਤਰ੍ਹਾਂ ਦੀ ਪ੍ਰਥਾ ਇੱਥੇ ਜਰਾ ਜ਼ਿਆਦਾ ਖੁੱਲ ਕੇ ਚੱਲਦੀ ਜੀ ਤੇ ਕੁਲਦੀਪ ਜੀ ਹੁਣ ਜਿਹੜੇ ਮੁੱਦੇ ਤੇ ਆਪਾਂ ਗੱਲ ਸ਼ੁਰੂਆਤ ਕੀਤੀ ਸੀ ਕਿ ਅੰਮ੍ਰਿਤਸਰ ਦੇ ਦਰਬਾਰ ਸਾਹਿਬ ਦੇ ਨੇੜੇ ਇੱਕ ਇਮਾਰਤ ਮਿਲੀ ਹੈ ਉਹ ਕੀ ਹੈ ਅੱਧਾ ਸੱਚ ਕੇ ਅੱਧਾ ਝੂਠ ਦਰਬਾਰ ਸਾਹਿਬ ਦੇ ਲਾਗੇ ਸ਼੍ਰੀ ਕਲਤਕ ਸਾਹਿਬ ਦੇ ਸਖਤਰਤ ਦੇ ਨੇੜੇ ਜੀ ਖੁਦਾਈ ਚੱਲ ਰਹੀ ਸੀ ਕੋਈ ਦਿਨ ਪਹਿਲਾਂ ਜੀ ਤੇ ਇੱਕ ਪ੍ਰਾਤਨ ਇਮਾਰਤ ਦਾ ਢਾਂਚਾ ਮਿਲਿਆ ਜੀ ਜਿਸ ਵਿੱਚ ਛੋਟੀ ਓਟ ਇੱਟ ਸੀ ਤੇ ਹੋਰ ਡਾਟਾ ਵਗੈਰਾ ਬਣਿਆ ਹੋਇਆ ਨਜ਼ਰ ਆਇਆ ਜੀ ਰੌਲਾ ਰੱਪਾ ਪਿਆ ਔਰ ਭਾਈ ਬਲਦੇਵ ਸਿੰਘ ਵਡਾਲਾ ਦਾ ਸਿੱਖ ਸਤਿ ਭਾਵਨਾ ਦਲ ਹੈ ਜੀ ਉਹਨਾਂ ਨੇ ਉੱਥੇ ਪਹੁੰਚ ਕੇ ਇਸ ਨੂੰ ਰਕਾਉਣ ਦੇ ਯਤਨ ਕੀਤਾ ਗਹਿਮਾ ਗਹਿਮੀ ਵੀ ਹੋਈ ਜੀ 2-3 ਦਿਨ ਤੱਕ ਰੌਲਾ ਪੈਂਦਾ ਰਿਹਾ ਤੇ ਕੁਝ ਲੋਕ ਤੇ ਇਹ ਕਹਿੰਦੇ ਰਹੇ ਕਿ ਦੇਖੋ ਅੰਮ੍ਰਿਤਸਰ ਸ਼ਹਿਰ ਪੁਰਾਣਾ ਸ਼ਹਿਰ ਹੈ ਇਸ ਨੂੰ ਸਾਰੇ ਨੂੰ ਫੋਲ ਹੈ ਤੇ ਇਸ ਦੇ ਜ਼ਮੀਨ ਦੇ ਵਿੱਚੋਂ ਕੋਈ ਨਾ ਕੋਈ ਤੁਹਾਨੂੰ ਨਿਕਲ ਆਵੇਗਾ ਜੀ ਜਿਸ ਦੇ ਥੱਲੇ ਮਲਬਾ ਦੱਬਿਆ ਹੋਇਆ ਹੈ ਜੀ ਇਤਿਹਾਸਿਕ ਸ਼ਹਿਰ ਹੈ ਪਰ ਕਈ ਲੋਕ ਕਹਿੰਦੇ ਸੀ ਕਿ ਇਸ ਦੀ ਜਾਂਚ ਤੇ ਹੋਣੀ ਚਾਹੀਦੀ ਹੈ ਜੀ ਕਈ ਲੋਕ ਤੀਸਰੇ ਪਾਸੇ ਵਾਲੇ ਧਾਰਮਿਕ ਪਖਤੋਂ ਇਹ ਵੀ ਕਹਿ ਰਹੇ ਸੀ ਕਿ ਸਾਡੇ ਲਈ ਕੋ ਬਹੁਤੀ ਅਹਿਮੀਅਤ ਨਹੀਂ ਜੀ ਜੇ ਸਿੱਖ ਧਰਮ ਦੇ ਪੁਆਇੰਟ ਆਫ 뷰 ਨਾਲ ਲਾਇਆ ਜਾਵੇ ਇਸ ਤਰ੍ਹਾਂ ਸਾਨੂੰ ਪੁਰਾਣੇ ਇੱਟਾ ਪਥਰਾਂ ਨਾਲ ਨਹੀਂ ਜੋੜਿਆ ਗਿਆ ਸਗੋਂ ਗੁਰੂ ਗ੍ਰੰਥ ਸਾਹਿਬ ਦੇ ਸੰਦੇਸ਼ ਨਾਲ ਜੋੜਿਆ ਗਿਆ ਸਾਨੂੰ ਉਧਰ ਧਿਆਨ ਦੇਣਾ ਚਾਹੀਦਾ ਇਹ ਲੋਕਾਂ ਦੇ ਆਪਣੇ ਆਪਣੇ ਥਿਊ ਸੀ ਮੈਂ ਆਪਣੇ ਤੌਰ ਤੇ ਨਹੀਂ ਕਹਿ ਰਿਹਾ ਪਰ ਇਸ ਦੀ ਜਾਂਚ ਜਿਹੜੀ ਸੀ ਫਿਰ ਫਿਰ ਥੋੜੀ ਕਾਮਨ ਸੈਂਸ ਜਿਹੜੀ ਸੀ ਉਹ ਥੋੜੀ ਆਉਣੀ ਸ਼ੁਰੂ ਹੋਈ ਜੀ ਸ਼੍ਰੋਮਣੀ ਕਮੇਟੀ ਨੇ ਗੁਣਾਨਕ ਦੇ ਯੂਨੀਵਰਸਿਟੀ ਦਾ ਜਿਹੜਾ ਵਿਭਾਗ ਹੈ ਜੀ ਔਰ ਇੰਡੀਅਨ ਆਰਕੀਓਲੋਜੀਕਲ ਸਰਵੇ ਉਹਦੇ ਮਹਾਰਾ ਨੂੰ ਸਤਿਆ ਜੀ ਪ੍ਰਾਤਿਤਵ ਜਿਹੜਾ ਵਿਭਾਗ ਹੈ ਉਹਨੂੰ ਕਹਿ ਦਿੱਤਾ ਜਾਂਦਾ ਜੀ ਉਹ ਫਿਰ ਅੰਦਾਜ਼ਾ ਲਾਉਂਦੇ ਨੇ ਕੋਨਾ ਕੋ ਸਾਰੀ ਡਿਟੇਲ ਹੁੰਦੀ ਹੈ ਕਿ ਆ ਜਿਹੜੀ ਇੱਟ ਹੈ ਕਿਸ ਜਮਾਨੇ ਦੀ ਹੋ ਸਕਦੀ ਹੈ ਇਹਦੀ ਚਣਾਈ ਦਾ ਸਟਾਈਲ ਕਿਹੋ ਜਿਹਾ ਹੈ ਇਸ ਦੀ ਜਿਹੜੀ ਆ ਇਮਾਰਤ ਹੈ ਕਿਹੋ ਜੀ ਹੈ ਉਹਨਾਂ ਨੇ ਦੱਸਿਆ ਕਿ ਇਹ ਇੱਕ ਪੁਰਾਣੀ ਇਮਾਰਤ ਹੈ ਜੀ ਜਿਸ ਵਿੱਚ ਖਾਸ ਕਿਸਮ ਦੀਆਂ ਇੱਟਾਂ ਤੇ ਚੂਨੇ ਨਾਲ ਇਹਨਾਂ ਦੀ ਚਣਾਈ ਕੀਤੀ ਗਈ ਹੈ ਜੀ ਤੇ ਇਸ ਨੂੰ ਸੰਭਾਲਣਾ ਜ਼ਰੂਰੀ ਹੈ ਇਹ ਇੱਕ ਪ੍ਰਾਤਨ ਇਮਾਰਤ ਜਿਹੜੀ ਹੈ ਵਿਰਾਸਤ ਵਜੋਂ ਸਾਡੇ ਵਾਸਤੇ ਜ਼ਰੂਰੀ ਹੈ ਜੀ ਹੁਣ ਉਸ ਨੂੰ ਕਿਸ ਤਰ੍ਹਾਂ ਤੇ ਕਿਵੇਂ ਤੇ ਕਿੰਨਾ ਕੁ ਸੰਭਾਲਿਆ ਜਾਂਦਾ ਹੈ ਜੀ ਕੀ ਉਹ ਇਸ ਤਨਾ ਇੱਕ ਸੈਰਸ ਪਾਟੇ ਦਾ ਸਾਧਨ ਦਰਬਾਰ ਸਾਹਿਬ ਦੇ ਲਾਗੇ ਜਿਸ ਦੀ ਇੱਕ ਧਾਰਮਿਕ ਤੌਰ ਤੇ अहमियत ਹੈ ਜੀ ਸਾਡੇ ਲਈ ਕੋਈ ਹੋ ਸਕਦਾ ਜੀ ਹੁਣ ਇਹ ਸਾਰੀਆਂ ਗੱਲਾਂ ਦੇ ਜਵਾਬ ਜਿਹੜੇ ਨੇ ਉਹ ਆਉਣ ਵਾਲੇ ਦਿਨਾਂ ਚ ਜਾਣਗੇ ਪਰ ਇਸ ਨੂੰ ਸੰਭਿਆ ਜਾਵੇਗਾ ਸ਼੍ਰੋਮਣੀ ਕਮੇਟੀ ਨੇ ਵੀ ਮੰਨ ਲਿਆ ਕਿ ਇਸ ਨੂੰ ਸਾਹਮਣੇ ਅਸੀਂ ਉਪਰਾਲੇ ਹੁਣ ਕਰਾਂਗੇ ਜੀ ਇੱਕ ਵਿੱਚ ਥਿਉਰੀ ਇਹ ਚੱਲ ਰਹੀ ਸੀ ਕਿ ਇੱਕ ਸਾਬਕਾ ਹੈੱਡ ਗ੍ਰੰਥੀ ਸਨ ਦਰਬਾਰ ਸਾਹਿਬ ਦੇ ਜੀ ਉਹਨਾਂ ਦੇ ਪਰਿਵਾਰ ਨੂੰ ਮਹਾਰਾਜਾ ਰਣਜੀਤ ਸਿੰਘ ਨੇ ਇੱਕ ਮਹਾਰਤ ਦਿੱਤੀ ਹੋਈ ਸੀ ਔਰ ਜੇ ਇੱਥੇ ਰਹਿਣ ਲਈ ਉਹਨਾਂ ਨੂੰ ਕੋ ਬੂੰਗੇ ਬਣਾ ਦਿੱਤੇ ਸੀ ਜਾਂ ਕੋਈ ਰੈਹਾਸ਼ੀ ਸਥਾਨ ਸੀ ਜੀ ਤੇ ਉਹਨਾਂ ਨੂੰ ਜਿਹੜਾ ਸੀ ਉਹ ਉਹਨਾਂ ਨੂੰ ਸੌਂਪਿਆ ਗਿਆ ਸੀ ਮਹਾਰਾਜਾ ਰਣਜੀਤ ਸਿੰਘ ਵੱਲੋਂ ਤੇ ਇਹ ਉਹਨਾਂ ਦਾ ਬੂੰਗਾ ਹੈ ਜਿਸ ਨੂੰ 1988 ਦੇ ਵਿੱਚ ਜਦੋਂ ਸਰਕਾਰ ਨੇ ਕਲਿਆਰਾ ਯੋਜਨਾ ਬਣਾਉਣ ਦੀ ਕੋਸ਼ਿਸ਼ ਕੀਤੀ 1984 ਦੇ ਹਮਲੇ ਤੋਂ ਬਾਅਦ ਤੇ ਫਿਰ ਇਮਾਰਤਾਂ ਨੂੰ ਢਾਕੇ ਉਹਨਾਂ ਦੇ ਮਾਲਕਾਂ ਨੂੰ ਮੁਆਵਜ਼ੇ ਦੇ ਦਿੱਤੇ ਗਏ ਤੇ ਜਿਹੜਾ ਸਾਰਾ ਕੋਈ ਸੇ ਪਤਰਾ ਕਰਕੇ ਉਸ ਦਾ ਕਲਿਆਰਾ ਬਣਾ ਦਿੱਤਾ ਗਿਆ 1988 ਦੇ ਵਿੱਚ ਸਰਕਾਰ ਨੇ ਕਾਰਵਾਈ ਰੰਭੀ ਸੀ ਹੁਣ ਉਹ ਉਸ ਉਹ ਦੇ ਜਿਹੜੇ ਹੁਣ ਉਹਨਾਂ ਦੇ ਹੈਡ ਗ੍ਰੰਥੀ ਸਾਹਿਬ ਦੇ ਪਰਿਵਾਰ ਦੇ ਲੋਕ ਨੇ ਉਹ ਕਹਿੰਦੇ ਨੇ ਕਿ ਇਹ ਸਾਡੀ ਪੁਰਾਣੀ ਇਮਾਰਤ ਹੋ ਸਕਦੀ ਜਿਸ ਤੇ ਸਾਡਾ ਅੱਜ ਕੋਈ ਦਾਵਾ ਨਹੀਂ ਪਰ ਇਸ ਨੂੰ ਗਿਆਨੀਆਂ ਦਾ ਬੂੰਗਾ ਨਾ ਨਾਲ ਉਹਨਾਂ ਨੇ ਪੁਕਾਰਿਆ ਕਿ ਗਿਆਨੀਆਂ ਵਾਲਾ ਬੂੰਗਾ ਹੋ ਸਕਦਾ ਹੈ ਅੱਜ ਪਰ ਇੰਡੀਅਨ ਆਰਕੀਓਲੋਜੀਕਲ ਸਰਵੇ ਤੇ ਗੁਨਾਨਕtdev ਯੂਨੀਵਰਸਿਟੀ ਦੇ ਮਾਹਰਾਂ ਨੇ ਇਹ ਨਹੀਂ ਦੱਸਿਆ ਕਿ ਉਹ ਹੀ ਬੂੰਗਾ ਹੈ ਜਾਂ ਕੋਈ ਹੋਰ ਹੈ ਪਰ ਇਹ ਕਹਿ ਦਿੱਤਾ ਕਿ ਇਹ ਪ੍ਰਾਣੀ ਹੈ ਤੇ ਇਸ ਦੀ ਸਾਂਭ ਸੰਭਾਲ ਕਰਨੀ ਬਹੁਤ ਜ਼ਰੂਰੀ ਹੈ ਬਿਲਕੁਲ ਇਤਿਹਾਸਕ ਇਮਾਰਤਾਂ ਦੀ ਸਾਂਭ ਸੰਭਾਲ ਕਰਨੀ ਬਣਦੀ ਹੈ ਕਿਉਂਕਿ ਆਉਣ ਵਾਲੀ ਪੀੜ੍ਹੀ ਨੂੰ ਦੱਸਣਾ ਵੀ ਹੈ ਨਾ ਤੇ ਸਾਡੇ ਪਿੱਛੇ ਇਤਿਹਾਸ ਵਿੱਚ ਕੀ ਕੁਝ ਸੀਗਾ ਬਿਲਕੁਲ ਜੀ ਤੇ ਹੁਣ ਗੱਲ ਕਰਦੇ ਹਾਂ ਅਸਾਮ ਤੇ ਮਿਜ਼ੋਰਮ ਦੀ ਅਸਾਮ ਤੇ ਮਿਜ਼ੋਰਮ ਚ ਪਿੱਛੇ ਜ ਝੜਪਾਂ ਹੋਈਆਂ ਸਨ ਸਿਪਾਈ ਮਾਰੇਗੇ ਵੱਡੇ ਅਧਿਕਾਰੀ ਨੂੰ ਵੀ ਸ਼ਾਇਦ ਮਾਰ ਦਿੱਤਾ ਗਿਆ ਤੇ ਇਹ ਮਾਮਲਾ ਹਲੇ ਰੁਕਿਆ ਨਹੀਂ ਹੈ ਇਹ ਕਿਥੋਂ ਤੱਕ ਪਹੁੰਚ ਗਿਆ ਹੁਣ ਇਹ ਮਾਮਲਾ ਆਪਸੀ ਸਰਹੱਦਾਂ ਦਾ ਇਹ ਬੜੀ ਅਣਹੋਣੀ ਜੀ ਜਾਪਦੀ ਹੈ ਕਿ ਕਿਵੇਂ ਦੋ ਸੂਬੇ ਭਾਰ ਦੇ ਆਪਸ ਵਿੱਚ ਝਗੜ ਰਹੇ ਨੇ ਹੁਣ ਉਹਨਾਂ ਸਰਹੱਦਾਂ ਤੇ ਇੰਨੀ ਜ਼ਿਆਦਾ ਗਹਿਮਗਮੀ ਹੋਈ ਕਿ 6 ਪੁਲਿਸ ਦੇ ਕਰਮਚਾਰੀ ਮਾਰੇ ਗਏ ਜੀ ਹੁਣ ਅਜੇ ਵੀ ਸਰਕਾਰ ਜਿਹੜੀ ਹੈ ਰਿਮੋਟ ਕੰਟਰੋਲ ਨਾਲ ਸਥਿਤੀ ਨੂੰ ਜਿਹੜਾ ਸਹੀ ਕਰਨ ਦਾ ਯਤਨ ਕਰ ਰਹੀ ਹੈ ਕੇਂਦਰ ਸਰਕਾਰ ਜੀ ਤੇ ਉੱਥੇ ਦੀਆਂ ਸਰਕਾਰਾਂ ਘਟਨੇ ਕਰ ਰਹੀਆਂ ਤੇ ਲਗਾਤਾਰ ਇੱਕ ਦੂਸਰੇ ਤੇ}{|\text{ਕਲਾਬ ਬਿਆਨ ਦਾਗ ਦੀਆਂ ਜਾ ਰਹੀਆਂ ਨੇ}} ਜੀ ਹਿਮੰਤ ਵਿਸ਼ਵਾ ਸ਼ਰਮਾ ਜਿਹੜੇ ਅਸਾਮ ਦੇ ਮੁੱਖ ਮੰਤਰੀ ਨੇ ਜੀ ਉਹਨਾਂ ਨੇ ਇੱਕ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਜੀ ਐਡਵਾਈਜ਼ਰੀ ਜਾਰੀ ਕਰ ਦਿੱਤੀ ਹੈ ਜਿਹੜੀ ਕਿ ਦੱਸਿਆ ਜਾ ਰਿਹਾ ਹੈ ਕਿ ਭਾਰਤ ਵਿੱਚ ਆਪਣੇ ਤੌਰ ਤੇ ਪਹਿਲੀ ਐਡਵਾਈਜ਼ਰੀ ਹੈ ਜੀ ਉਹ ਇਹ ਹੈ ਕਿ ਅਸਾਮ ਦੇ ਲੋਕਾਂ ਨੂੰ ਕਹਿ ਦਿੱਤਾ ਗਿਆ ਕਿ ਤੁਸੀਂ ਮਿਜ਼ਰਮ ਨਾ ਜਾਓ ਤੇ ਉਥੇ ਤੁਹਾਨੂੰ ਜਿਹੜਾ ਮਾਰ ਦਿੱਤਾ ਜਾ ਸਕਦਾ ਹੈ ਜਾਂ ਤੁਹਾਨੂੰ ਤੁਹਾਡੇ ਨਾਲ ਕੋਈ ਹੋਰ ਤੱਕਾ ਹੋ ਸਕਦਾ ਹੈ ਤੇ ਉਥੇ ਨਾ ਜਾਣ ਦੀ ਸਲਾਹ ਜੜੀ ਦਿੱਤੀ ਗਈ ਹੈ ਹੈਰਾਨੀ ਵਾਲੀ ਗੱਲ ਹੈ ਹੈਰਾਨੀ ਵਾਲੀ ਗੱਲ ਹੈ ਆਮ ਤੌਰ ਤੇ ਇੱਕ ਮੁਲਕ ਦੂਸਰੇ ਮੁਲਕਾਂ ਪ੍ਰਤੀ ਕਈ ਵਾਰ ਇਹ ਹੋ ਜਾਏ ਜਿਹੜੇ ਹੁਕਮ ਜੜੇ ਨੇ ਉਹ ਤੇ ਦਿੰਦੇ ਨੇ ਐਡਵਾਈਜ਼ਰੀ ਜਾਰੀ ਕਰਦੇ ਨੇ ਆਪਣੇ ਨਾਗਰਿਕਾਂ ਨੂੰ ਕਿ ਤੁਸੀਂ ਭਾਈ ਫਲਾਮ ਮੁਲਕ ਦੇ ਵਿੱਚ ਹਾਲਾਤ ਠੀਕ ਨਹੀਂ ਜਾਂ ਬਿਮਾਰੀ ਫੈਲੀ ਹੈ ਜਾਂ ਲੜਾਈ ਲੱਗੀ ਹੋਈ ਹੈ ਤੁਸੀਂ ਉਥੇ ਨਾ ਜਾਓ ਆਨ ਅਧਿਕਾਰਤ ਸੂਤਰਾਂ ਮੁਤਾਬਕ ਇੱਥੇ ਹੀ ਨਹੀਂ ਉਹ ਰੁਕੇ ਜੀ ਉਹਨਾਂ ਨੇ ਕੁਝ ਹੋਰ ਵੀ ਗੱਲਾਂ ਕੀਤੀਆਂ ਨੇ ਉਹਨਾਂ ਨੇ ਇਹ ਗੱਲ ਵੀ ਦੱਸਿਆ ਜਾਂਦਾ ਹੈ ਕਿ ਆਖੀ ਹੈ ਕਿ ਉੱਥੇ ਮਿਜ਼ੋਰਮ ਦੇ ਵਿੱਚ ਲੋਕ ਏਕੇ 47 ਰਾਈਫਲਾਂ ਤੇ ਸナイਪਰ ਬੰਦੂਕਾਂ ਦੇ ਨਾਲ ਘੁੰਮ ਰਹੇ ਨੇ ਤੇ ਤੁਹਾਨੂੰ ਕਿਸੇ ਵੀ ਵੇਲੇ ਵੀ ਨਿਸ਼ਾਨਾ ਬਣਾਇਆ ਜਾ ਸਕਦਾ ਜੀ ਹੁਣ ਵਿਰੋਧੀ ਧਿਰਾਂ ਤੇ ਇਹ ਕਹਿ ਰਹੀਆਂ ਨੇ ਕਿ ਕੇਂਦਰ ਸਰਕਾਰ ਦੀ ਨਾਕਾਮੀ ਹੈ ਜਿਹੜਾ ਇਸ ਇਸ ਕੱਲ ਨੂੰ ਜੱਠੜਾਂ ਦੇ ਵਿੱਚ ਨਾਕਾਮ ਰਹੀ ਹੈ ਜੀ ਨਾਕਾਮੀ ਕਿਹਦੀ ਕਿਹਦੀ ਕਹਿਣ ਲਈਏ ਇਹ ਮਸਲਾ ਕੋਈ ਅਜਦਾ ਤਾਂ ਨਹੀਂ ਜੀ ਪ੍ਰਾਣਾ ਮਸਲਾ ਹੈ ਤੇ ਕਿਉਂ ਨਾਲ ਜੱਠਿਆ ਗਿਆ ਜੀ ਜਿਸ سرحد ਦਾ ਵਿਵਾਦ ਛੋਟੀ ਮੋਟੀ ਗੱਲ ਤੇ ਚਲੋ ਕਾਗਜ਼ਾਂ ਦੇ ਵਿੱਚ ਤੱਕ ਤੇ ਚੱਲਦਾ ਰਵੇ ਜੀ ਇੰਨਾ ਹਿੰਸਕ ਰੂਪ ਜਦੋਂ ਧਾਰਨ ਕਰਦਾ ਹੈ ਤੇ ਫਿਰ ਕੇਂਦਰ ਸਰਕਾਰ ਦੀ ਜਾਂ ਰਾਜਪਾਲ ਦੀ ਕੀ ਜ਼ਿੰਮੇਵਾਰੀ ਬਣਦੀ ਹੈ ਜੀ ਤੁਹਾਨੂੰ ਬੰਗਾਲ ਦੇ ਵਿੱਚ ਹੋ ਰਹੀ ਹਿੰਸਾ ਨਜ਼ਰ ਆਉਂਦੀ ਹੈ ਜੀ ਦਿੱਲੀ ਦੇ ਕਿਸਾਨ ਆਤਮਾ ਦੀ ਨਜ਼ਰ ਆਉਂਦੇ ਨੇ ਜੀ ਜਿਹੜੇ ਮੋਰਚਿਆਂ ਤੇ ਬੈਠੇ ਹੋਏ ਨੇ ਨੌ-ਨੌ ਮਹੀਨੇ ਤੋਂ ਜੀ ਤੁਹਾਨੂੰ ਜੰਮੂ ਕਸ਼ਮੀਰ ਤੇ ਹਾਲਾਤ ਵੀ ਦੇਖ ਰਹੇ ਹੋ ਤੁਸੀਂ ਜੀ ਤੇ ਅਸਾਮ ਤੇ ਮਿਜ਼ੁਰਮ ਵਿੱਚ ਤੁਹਾਡੀਆਂ ਆਪਣੀਆਂ ਸਰਕਾਰਾਂ ਨੇ ਅਸਾਮ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਿੱਧੀ ਸਰਕਾਰ ਹੈ ਤੇ ਮਿਜ਼ੁਰਮ ਦੇ ਵਿੱਚ ਮਿਜ਼ੁਰਮ ਨੈਸ਼ਨਲ ਫਰੰਟ ਹੈ ਜੋ ਐਨਡੀਏ ਦਾ ਅਲਾਇ ਹੈ ਜੀ ਐਨਡੀਏ ਦੇ ਨਾਲ ਮਿਲ ਕੇ ਤੁਸੀਂ ਸਰਕਾਰ ਉੱਥੇ ਬਣਾਈ ਹੋਈ ਹੈ ਗਰੁੱਪ ਦੇ ਵਿੱਚ ਜੀ ਤੇ ਮਸਲੇ ਦਾ ਹੱਲ ਕਿਉਂ ਨਹੀਂ ਕੀਤਾ ਜਾ ਸਕਦਾ ਜੀ ਹੁਣ ਇਸ ਤਰ੍ਹਾਂ ਦੀ ਐਡਵਾਈਜ਼ਰੀ ਜਾਰੀ ਅਸਾਮ ਨੇ ਜਿਹੜੀ ਕੀਤੀ ਹੈ ਜੀ ਇਹ ਕਿੰਨੀ ਕੋਸਿਆਂ ਪਵਾਲੀ ਕੱਲ ਹੈ ਇਹ ਬਲਦੀ ਤੇ ਤੇਲ ਪਾਉਣ ਵਾਲਾ ਕੰਮ ਤਾਂ ਨਾ ਹੋ ਜਾਵੇਗਾ ਜੀ ਉਹ ਇੱਕਦਮ ਮਿਜ਼ੁਰਮ ਵਿੱਚ ਵੀ ਸਰਕਾਰ ਹੈ ਹੋ ਸਕਦਾ ਉਹ ਇੱਕਦਮ ਅਗਾਂਹ ਜਾਣ ਇਸ ਤੋਂ ਵੀ ਵੱਡੀ ਅਡਵਾਈਜ਼ਰੀ ਜਾਰੀ ਕਰ ਦੇਣਾ ਵੈਸੇ ਜੀ ਵੈਸੇ ਨਾ ਉਹਨਾਂ ਨੇ ਮਿਜ਼ੋਰਮ ਨੇ ਵਾਲਿਆਂ ਨੇ ਅਸਾਮ ਦੇ ਉੱਪਰ ਮਾਮਲਾ ਦਰਜ ਕੀਤਾ ਕਿ ਪਹਿਲੀ ਗੋਲੀ ਇਹਨਾਂ ਨੇ ਚਲਾਈ ਸੀ ਤੇ ਸਾਰਾ ਮਾਮਲਾ ਤਾਂ ਹੀ ਵਧਿਆ ਜੀ ਉਹਨਾਂ ਨੇ ਮੈਂ ਉਹ ਹੀ ਗੱਲ ਕਰ ਰਿਹਾ ਸੀ ਤੇ ਉਹ ਵੀ ਘਟ ਨਹੀਂ ਕਰ ਰਹੇ ਉਹਨਾਂ ਨੇ ਸਗੋਂ ਮੁੱਖ ਮੰਤਰੀ ਤੇ ਇੱਕ ਐਫ ਆਈ ਆਰ ਦਰਜ ਕੀਤੀ ਹੋਈ ਹੈ ਜੀ ਕਿ ਮੁੱਖ ਮੰਤਰੀ ਹੀ ਦੂਸਰੇ ਸੂਬੇ ਦੇ ਦੋਸ਼ੀ ਨੇ ਜੀ ਹੁਣ ਇਸ ਤਰ੍ਹਾਂ ਇੱਕ ਸੂਬੇ ਦੇ ਕੀ ਕੱਲ ਨੂੰ ਕੋਈ ਇਹੋ ਜਿਹੇ ਹਾਲਾਤ ਬਣਦੇ ਨੇ ਨਰਿੰਦਰ ਮੋਦੀ ਅਸਾਮ ਜਾਂਦੇ ਨੇ ਤੇ ਮਿਜ਼ਰਮ ਵਾਲੇ ਕੋਈ ਮੁੱਖ ਮੰਤਰੀ ਉੱਥੇ ਆਉਂਦੇ ਨੇ ਜਾਂ ਬਾਰਡਰ ਉਹਨਾਂ ਨੂੰ ਕਰਾਸ ਕਰਨਾ ਪੈਂਦਾ ਤੇ ਫਿਰ ਕੀ ਹਾਲਾਤ ਬਣਦੇ ਨੇ ਜੀ ਦੇਸ਼ ਵਿੱਚ ਸਥਿਤੀ ਜਿਹੜੀ ਹੈ ਕਾਨੂੰਨ ਤੋਂ ਆਊਟ ਆਫ ਕੰਟਰੋਲ ਹੋ ਸਕਦੀ ਹੈ ਜੀ ਕਿ ਮਿਜ਼ਰਮ ਦੇ ਵਿੱਚ ਜਿਹੜੀ ਅਸਾਮ ਵਾਲੇ ਗੱਲ ਕਰ ਰਹੇ ਨੇ ਮੁੱਖ ਮੰਤਰੀ ਕਿ ਉੱਥੇ ਏਕੇ ਸੰਤਾਲੀਆਂ ਵਾਲੇ ਤੇ ਸਨਾਈਪਰ ਘੁੰਮ ਰਹੇ ਨੇ ਰਾਈਫਲਾਂ ਲੈ ਕੇ ਹੋਰ ਤੁਹਾਨੂੰ ਕਿਸੇ ਨੂੰ ਵੀ ਗੋਲੀ ਦਾ ਨਿਸ਼ਾਨਾ ਬਣਾ ਸਕਦੇ ਨੇ ਜੀ ਜੇ ਇੱਕ ਮੁੱਖ ਮੰਤਰੀ ਇੱਕ ਗੱਲ ਕਰ ਰਿਹਾ ਤੇ ਕੀ ਇਹ ਕਾਨੂੰਨ ਦੇ ਰਾਖਿਆਂ ਦਾ ਫਰਜ਼ ਨਹੀਂ ਕਿ ਜੇ ਵਾਕਏ ਸੱਚ ਹੈ ਤਾਂ ਫਿਰ ਇਸ ਦੀ ਜਾਂਚ ਕੀਤੀ ਜਾਵੇ ਜੀ ਇਹ ਇੰਨਾ ਲੰਬਾ ਉਹਨਾਂ ਦਾ ਬਾਰਡਰ ਹੈ ਸੂਪਿਆਂ ਦਾ ਜੀ ਕਿਉਂ ਨਹੀਂ ਮਸਲੇ ਦਾ ਅਜੇ ਤੱਕ ਹੱਲ ਕੀਤਾ ਗਿਆ ਹੁਣ ਵਿਰੋਧੀ ਧਿਰਾਂ ਇਸ ਤੇ ਘੇਰ ਰਹੀਆਂ ਨੇ ਪਰ ਸਰਕਾਰ ਉਸ ਮਾਮਲੇ ਤੇ ਵੀ ਬਿਲਕੁਲ ਚੁੱਪ ਹੈ ਲੋਕ ਸਭਾ ਦੇ ਵਿੱਚ ਵੀ ਕੋਈ ਮੋਤਾ ਮੁੱਦਾ ਉੱਠਿਆ ਨਹੀਂ ਕਿਉਂਕਿ ਲੋਕ ਸਭਾ ਦੀ ਕਾਰਵਾਈ ਤਕਰੀਬਨ ਤਕਰੀਬਨ ਉਠਾਪੇ ਜਾਪਦੀ ਹੈ ਜੀ ਸੋ ਇਸ ਕਰਕੇ ਇਹ ਇਹ ਹਾਲਾਤ ਜਿਹੜੇ ਨੇ ਅਜੇ ਤੱਕ ਵਿਗੜਦੇ ਜਾ ਰਹੇ ਨੇ ਅਸਾਮ ਤੇ ਮਿਜ਼ਰਮ ਦੇ ਵਿੱਚ ਕੋਈ ਕੰਟਰੋਲ ਹੇਠ ਨਹੀਂ ਆ ਰਿਹਾ ਹਾਂ ਕੋਈ ਅਣਸਕਾਮੀ ਘਟਣਾ ਨਹੀਂ ਹੋਈ ਜੀ ਤੇ ਕੁਲਦੀਪ ਜੀ ਅੱਜ ਦੇ ਮੁੱਦਿਆਂ ਤੇ ਆਪਣੇ ਵਿਚਾਰ ਸਾਂਝੇ ਕਰਨ ਲਈ ਤੁਸੀਂ ਸਟੂਡੀਓ ਚ ਆਏ ਤੁਹਾਡਾ ਬਹੁਤ-ਬਹੁਤ ਧੰਨਵਾਦ। ਸੋ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਵਿਚਾਰ ਚਰਚਾ ਦੇ ਇਸ ਹਿੱਸੇ ਨਾਲ ਜੁੜਨ ਲਈ। ਹੋਰ ਮੁੱਦਿਆਂ ਦੇ ਨਾਲ ਫੇਰ ਤੁਸੀਂ ਹਾਜ਼ਰ ਹੋਵਾਂਗੇ ਵਿਚਾਰ ਚਰਚਾ ਪ੍ਰੋਗਰਾਮ ਲੈ ਕੇ ਉਦੋਂ ਤੱਕ ਲਈ ਇਜਾਜ਼ਤ।